ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਜਜ਼ਬਾਤੀ ਜ਼ਿੰਦਗੀ ਸਟੋਰੀਜ਼ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਹਾਜ਼ਰ ਆ ਨਵੀਂ ਕਹਾਣੀ ਜ਼ਹਿਰ ਦੇ ਨਾਲ। ਆਸ ਹੈ ਤੁਹਾਨੂੰ ਪਸੰਦ ਜ਼ਰੂਰ ਆਵੇਗੀ। ਹੈਲੋ, ਅੱਜ ਇੰਨੀ ਦੇਰ ਕਿਉਂ ਹੋ ਰਹੀ ਆ? ਦੇਖੋ ਟਾਈਮ ਵੀ ਹੋ ਗਿਆ, ਜਲਦੀ ਆਓ। ਹਾਂ ਅਮਨੀ, ਬਸ ਮੈਂ ਚੱਲਣ ਦੀ ਤਿਆਰੀ ਕਰ ਰਿਹਾ, ਬਾਈ ਕਹਿ ਕੇ ਡਾਕਟਰ ਅਜੀਤ ਨੇ ਫੋਨ ਰੱਖ ਦਿੱਤਾ। ਥਕਾਵਟ ਅੱਜ ਜ਼ਿਆਦਾ ਹੀ ਮਹਿਸੂਸ ਹੋ ਰਹੀ ਸੀ ਕਿਉਂਕਿ ਪਿਛਲੇ ਇੱਕ ਹਫ਼ਤੇ ਤੋਂ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਵੱਧ ਗਈ ਸੀ। ਦੁਪਹਿਰ ਦੇ 2 ਵੱਜ ਰਹੇ ਸੀ ਪਰ ਅਜੇ ਵੀ ਇੱਕ ਮਰੀਜ਼ ਬੈਠੀ ਹੋਈ ਸੀ। ਅਜੀਤ ਆਪਣੇ ਸਹਾਇਕ ਨੂੰ ਮਰੀਜ਼ ਨੂੰ ਅੰਦਰ ਭੇਜਣ ਲਈ ਕਹਿੰਦਾ ਹੈ। ਜਦੋਂ ਮਰੀਜ਼ ਦਰਵਾਜ਼ਾ ਖੋਲ੍ਹ ਕੇ ਅੰਦਰ ਆਈ ਤਾਂ ਅਜੀਤ ਨੂੰ ਤਾਂ ਜਿਵੇਂ ਵਿਸ਼ਵਾਸ ਹੀ ਨਹੀਂ ਸੀ ਹੋਇਆ। ਹੈਰਾਨ ਹੋ ਕੇ ਅਜੀਤ ਆਪਣੇ ਸਾਹਮਣੇ ਖੜ੍ਹੀ ਉਸ ਔਰਤ ਨੂੰ ਬਿਨਾਂ ਪਲਕਾਂ ਝਪਕਾਏ ਦੇਖ ਰਿਹਾ ਸੀ। ਫਿਰ ਜਦੋਂ ਉਸਦੀ ਸੁਰਤ ਟਿਕਾਣੀ ਆਈ ਤਾਂ ਉਸਦੇ ਮੂੰਹੋਂ ਨਿਕਲਿਆ, ਰੂਹੀ ਤੂੰ ਇੱਥੇ ਕੀ ਕਰ ਰਹੀ ਹੈ? ਜੀ ਮੈਂ, ਉਹ ਫਿਰ ਚੁੱਪ ਹੋ ਗਈ ਅਤੇ ਇੱਕ ਟੱਕ ਅਜੀਤ ਦਾ ਮੂੰਹ ਦੇਖਣ ਲੱਗੀ। ਦੋਨੋਂ ਚੁੱਪ ਚਾਪ ਇੱਕ ਦੂਜੇ ਨੂੰ ਦੇਖ ਰਹੇ ਸੀ। ਡਾਕਟਰ ਅਜੀਤ ਦੀ ਸਮਝ ਵਿੱਚ ਨਹੀਂ ਸੀ ਆ ਰਿਹਾ ਕਿ ਉਹ ਅੱਗੇ ਕੀ ਪੁੱਛੇ। ਕੁਝ ਦੇਰ ਤੱਕ ਤਾਂ ਇਸੇ ਤਰ੍ਹਾਂ ਹੀ ਦੇਖਦੇ ਰਹਿਣ ਤੋਂ ਬਾਅਦ ਆਪਣੇ ਦਿਮਾਗ ਵਿੱਚੋਂ ਅਣਚਾਹੇ ਵਿਚਾਰਾਂ ਨੂੰ ਝਟਕ ਕੇ ਉਸਨੇ ਖੁਦ ਨੂੰ ਸੰਭਾਲਿਆ ਅਤੇ ਇੱਕ ਪ੍ਰੋਫੈਸ਼ਨਲ ਡਾਕਟਰ ਦੀ ਤਰ੍ਹਾਂ ਪੁੱਛਿਆ, ਦੱਸੋ ਕੀ ਤਕਲੀਫ ਹੈ ਤੁਹਾਨੂੰ? ਅਜੀਤ ਦੀ ਇਸ ਗੱਲ ਨਾਲ ਉਹ ਔਰਤ ਸਹਿਮ ਗਈ। ਉਸਦੀ ਆਵਾਜ਼ ਵਿੱਚ ਇੱਕ ਅਜੀਬ ਜਿਹੀ ਕੰਬਣੀ ਛੱਡ ਗਈ ਸੀ। ਕਹਿਣ ਲੱਗੀ, ਮੈਨੂੰ ਕੋਈ ਬਿਮਾਰੀ ਨਹੀਂ ਹੈ, ਮੈਂ ਕੇਵਲ ਤੁਹਾਨੂੰ ਮਿਲਣ ਆਈ ਹਾਂ। ਦੱਸ ਕੇ ਆਉਂਦੀ ਤਾਂ ਤੁਸੀਂ ਮਿਲਦੇ ਨਹੀਂ, ਇਸ ਕਰਕੇ ਮਰੀਜ਼ ਬਣ ਕੇ ਆਈ ਹਾਂ। ਕੀ ਮੇਰੀ ਗੱਲ ਸੁਣਨ ਦੇ ਲਈ ਤੁਸੀਂ ਕੁਝ ਵਕਤ ਦੇ ਸਕਦੇ ਹੋ? ਉਸਦੀ ਆਵਾਜ਼ ਵਿੱਚ ਤਰਲਾ ਸੀ। ਅਜੀਤ ਨਰਮ ਦਿਲ ਆਦਮੀ ਸੀ, ਗੁੱਸਾ ਤਾਂ ਬਹੁਤ ਹੀ ਘੱਟ ਕਰਦਾ ਸੀ। ਜੇ ਗੁੱਸੇ ਹੋ ਵੀ ਜਾਂਦਾ ਸੀ ਤਾਂ ਆਪਣੇ ਗੁੱਸੇ ਨੂੰ ਪੀ ਜਾਂਦਾ ਸੀ, ਕਦੇ ਤਿੱਖੀ ਪ੍ਰਤੀਕਿਰਿਆ ਜ਼ਾਹਰ ਨਹੀਂ ਸੀ ਕਰਦਾ। ਅੱਜ ਵੀ ਉਹ ਰੂਹੀ ਨੂੰ ਦੇਖ ਕੇ ਬੇਚੈਨ ਹੋ ਗਿਆ ਸੀ। ਪੁਰਾਣੀਆਂ ਯਾਦਾਂ ਉਸਦੇ ਮਨ ਵਿੱਚ ਜ਼ਹਿਰ ਦੀ ਤਰ੍ਹਾਂ ਘੁਲਣ ਲੱਗੀਆਂ ਸੀ, ਪਰ ਰੂਹੀ 'ਤੇ ਉਸਨੂੰ ਗੁੱਸਾ ਨਹੀਂ ਸੀ ਆ ਰਿਹਾ। ਜਦਕਿ ਉਸ ਔਰਤ ਨੇ ਹੀ ਉਸਦੇ ਜੀਵਨ ਵਿੱਚ 10 ਸਾਲ ਪਹਿਲਾਂ ਜ਼ਹਿਰ ਦਾ ਸਮੁੰਦਰ ਭਰ ਦਿੱਤਾ ਸੀ ਅਤੇ ਉਹ ਹੌਲੀ ਹੌਲੀ ਉਸ ਜ਼ਹਿਰ ਨੂੰ ਪੀ ਰਿਹਾ ਸੀ ਅਤੇ ਹੋਰ ਵੀ ਪਤਾ ਨਹੀਂ ਕਦੋਂ ਤੱਕ ਪੀਂਦਾ ਰਹਿੰਦਾ। ਪਰ ਅੱਜ ਅਚਾਨਕ ਉਹ ਖੁਦ ਉਸਦੇ ਸਾਹਮਣੇ ਹਾਜ਼ਰ ਹੋ ਗਈ ਸੀ, ਦੁਬਾਰਾ ਫਿਰ ਉਸਦੇ ਜੀਵਨ ਵਿੱਚ ਹਲਚਲ ਮਚਾਉਣ ਦੇ ਲਈ। ਕੀ ਮਕਸਦ ਸੀ ਉਸਦਾ? ਉਹ ਕਿਉਂ ਵਾਪਸ ਆਈ ਸੀ ਉਸਦੇ ਕੋਲ ਜਦਕਿ ਹੁਣ ਉਸਦਾ ਉਸ ਔਰਤ ਨਾਲ ਕੋਈ ਵਾਸਤਾ ਨਹੀਂ ਸੀ ਰਹਿ ਗਿਆ? ਮਨ ਵਿੱਚ ਇੱਕ ਵਾਰ ਆਇਆ ਕਿ ਮਨਾ ਕਰ ਦੇਵੇ, ਪਰ ਫਿਰ ਸੋਚਿਆ ਬਿਨਾਂ ਗੱਲ ਕੀਤੇ ਉਸਦੇ ਮਕਸਦ ਦਾ ਪਤਾ ਨਹੀਂ ਲੱਗਣਾ। ਉਸਨੇ ਕਿਸੇ ਤਰ੍ਹਾਂ ਆਪਣੇ ਮਨ ਨੂੰ ਸ਼ਾਂਤ ਕੀਤਾ ਅਤੇ ਕਹਿਣ ਲੱਗਾ, ਇਹ ਸਮਾਂ ਮੇਰੇ ਘਰ ਜਾਣ ਦਾ ਹੈ, ਕੀ ਤੁਸੀਂ ਮੈਨੂੰ ਸ਼ਾਮ ਨੂੰ ਮਿਲ ਸਕਦੇ ਹੋ? ਕਿੰਨੇ ਵਜੇ? ਉਸ ਔਰਤ ਦੀ ਆਵਾਜ਼ ਵਿੱਚ ਅਚਾਨਕ ਉਤਸ਼ਾਹ ਆ ਗਿਆ। ਮੈਂ ਅੱਜ ਸ਼ਾਮ ਨੂੰ ਕਲੀਨਿਕ ਵਿੱਚ ਹੀ ਰਹਾਂਗਾ, ਤੁਸੀਂ 6-7 ਵਜੇ ਆ ਜਾਣਾ। ਠੀਕ ਹੈ। ਉਸ ਔਰਤ ਦੇ ਚਿਹਰੇ 'ਤੇ ਪਹਿਲੀ ਵਾਰ ਹਲਕੀ ਜਿਹੀ ਮੁਸਕਰਾਹਟ ਆਈ। ਮੈਂ ਠੀਕ 6 ਵਜੇ ਆ ਜਾਵਾਂਗੀ, ਕਹਿ ਕੇ ਉਹ ਉੱਠ ਖੜ੍ਹੀ ਹੋਈ। ਉਸ ਔਰਤ ਦੇ ਜਾਣ ਤੋਂ ਬਾਅਦ ਡਾਕਟਰ ਅਜੀਤ ਫਿਰ ਵਿਚਾਰਾਂ ਦੀ ਉਲਝਣ ਵਿੱਚ ਉਲਝ ਗਿਆ। ਕੁਝ ਪਲ ਦੇ ਲਈ ਤਾਂ ਉਸਨੂੰ ਯਾਦ ਹੀ ਨਹੀਂ ਸੀ ਰਿਹਾ ਕਿ ਉਸਨੇ ਘਰ ਵੀ ਵਾਪਸ ਜਾਣਾ। ਉਸਦੇ ਸਹਾਇਕ ਨੇ ਯਾਦ ਕਰਵਾਇਆ ਤਾਂ ਉਹ ਆਪਣੀਆਂ ਯਾਦਾਂ ਦੇ ਸਮੁੰਦਰ ਵਿੱਚੋਂ ਬਾਹਰ ਆਇਆ ਅਤੇ ਫਿਰ ਘਰ ਦੇ ਲਈ ਰਵਾਨਾ ਹੋ ਗਿਆ। ਘਰੇ ਪਤਨੀ ਉਸਦਾ ਇੰਤਜ਼ਾਰ ਕਰ ਰਹੀ ਸੀ। ਕਹਿਣ ਲੱਗੀ, ਅੱਜ ਕੁਝ ਜ਼ਿਆਦਾ ਹੀ ਦੇਰ ਹੋ ਗਈ। ਹਾਂ, ਡਾਕਟਰ ਦੇ ਪੇਸ਼ੇ ਵਿੱਚ ਇਸ ਤਰ੍ਹਾਂ ਹੋ ਜਾਂਦਾ, ਕਦੇ ਅਚਾਨਕ ਕੋਈ ਮਰੀਜ਼ ਆ ਜਾਂਦਾ, ਦੇਖਣਾ ਹੀ ਪੈਂਦਾ। ਉਸਨੇ ਬਹੁਤ ਹੀ ਨੋਰਮਲ ਢੰਗ ਨਾਲ ਜਵਾਬ ਦਿੱਤਾ ਸੀ ਅਤੇ ਫਿਰ ਹੱਥ ਮੂੰਹ ਧੋ ਕੇ ਖਾਣੇ ਦੀ ਟੇਬਲ 'ਤੇ ਜਾ ਬੈਠਿਆ। ਪਤਨੀ ਦੇ ਸਾਹਮਣੇ ਉਹ ਭਲਾ ਨੋਰਮਲ ਢੰਗ ਨਾਲ ਵਿਹਾਰ ਕਰ ਰਿਹਾ ਸੀ,
ਪਰੰਤੂ ਉਸਦਾ ਮਨ ਨੋਰਮਲ ਨਹੀਂ ਸੀ। ਉਸ ਵਿੱਚ ਹਲਚਲ ਮਚੀ ਹੋਈ ਸੀ। ਕਈ ਸਾਲਾਂ ਬਾਅਦ ਸ਼ਾਂਤ ਝੀਲ ਦੀ ਸਤ੍ਹਾ 'ਤੇ ਕਿਸੇ ਨੇ ਪੱਥਰ ਸੁੱਟ ਦਿੱਤਾ ਸੀ। ਇਹ ਪੱਥਰ ਦਾ ਕੋਈ ਟੁਕੜਾ ਛੋਟਾ ਨਹੀਂ ਸੀ। ਉਸਨੂੰ ਲੱਗ ਰਿਹਾ ਸੀ ਜਿਵੇਂ ਪਾਣੀ ਦੇ ਹੇਠਾਂ ਕਿਸੇ ਨੇ ਪਹਾੜ ਦਾ ਇੱਕ ਵੱਡਾ ਹਿੱਸਾ ਹੀ ਧੱਕ ਦਿੱਤਾ ਹੋਵੇ। ਖਾਣਾ ਖਾ ਕੇ ਡਾਕਟਰ ਅਜੀਤ ਨੇ ਪਤਨੀ ਨੂੰ ਕਿਹਾ, ਅੱਜ ਮੈਂ ਕੁਝ ਜ਼ਿਆਦਾ ਹੀ ਥੱਕਿਆ ਹੋਇਆ, ਆਰਾਮ ਕਰਾਂਗਾ, ਤੂੰ ਡਿਸਟਰਬ ਨਾ ਕਰੀਂ। ਪਤਨੀ ਨੇ ਉਸਦੇ ਚਿਹਰੇ ਵੱਲ ਟੈਕਟਕੀ ਲਾ ਕੇ ਦੇਖਿਆ ਅਤੇ ਕਿਹਾ, ਸਿਹਤ ਠੀਕ ਨਹੀਂ ਆ ਤੁਹਾਡੀ, ਸਿਰ ਦਰਦ ਕਰ ਰਿਹਾ ਤਾਂ ਦਬਾ ਦਿੰਦੀ ਹਾਂ ਜਾਂ ਬਾਮ ਲਗਾ ਦੇਵਾਂ। ਨਹੀਂ ਨਹੀਂ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ, ਬਸ ਆਰਾਮ ਕਰਨਾ ਚਾਹੁੰਦਾ, ਕਹਿ ਕੇ ਉਹ ਬੈੱਡਰੂਮ ਵਿੱਚ ਚਲਾ ਗਿਆ। ਅਵਨੀ ਨੂੰ ਉਸਦੇ ਵਿਹਾਰ ਵਿੱਚ ਆਈ ਇਸ ਪਰਿਵਰਤਨ ਤੋਂ ਹੈਰਾਨੀ ਤਾਂ ਜ਼ਰੂਰ ਹੋਈ, ਪਰ ਜ਼ਿਆਦਾ ਧਿਆਨ ਨਹੀਂ ਦਿੱਤਾ। ਉਹ ਆਪਣੇ ਕੰਮ ਵਿੱਚ ਲੱਗ ਗਈ। ਬਹੁਤ ਸਾਰੇ ਕੰਮ ਬਾਕੀ ਸਨ। ਬੇਟਾ ਸਕੂਲ ਤੋਂ ਆਉਣ ਵਾਲਾ ਸੀ, ਕੰਮ ਵਾਲੀ ਵੀ ਸ਼ਾਮ ਤੱਕ ਆਉਂਦੀ। ਦਿਨ ਵਿੱਚ ਉਸਨੂੰ ਆਰਾਮ ਕਰਨ ਦਾ ਸਮਾਂ ਹੀ ਨਹੀਂ ਸੀ ਮਿਲਦਾ। ਬੇਟੇ ਨੂੰ ਖਵਾ ਪਿਆ ਕੇ ਉਸਦਾ ਹੋਮਵਰਕ ਕਰਵਾਉਣ ਬੈਠ ਜਾਂਦੀ। ਸ਼ਾਮ ਨੂੰ ਜਦੋਂ ਅਜੀਤ ਆਪਣੇ ਕਲੀਨਿਕ ਚਲਾ ਜਾਂਦਾ ਅਤੇ ਬੇਟਾ ਖੇਡਣ ਲੱਗਦਾ ਤਾਂ ਉਦੋਂ ਉਸਨੂੰ ਥੋੜ੍ਹਾ ਆਰਾਮ ਕਰਨ ਦਾ ਮੌਕਾ ਮਿਲਦਾ। ਉਹ ਥੋੜ੍ਹੀ ਦੇਰ ਲਈ ਲੇਟ ਜਾਂਦੀ ਸੀ। ਅੱਜ ਬੈੱਡਰੂਮ ਵਿੱਚ ਜਾ ਕੇ ਅਜੀਤ ਨੇ ਬੈੱਡ 'ਤੇ ਲੇਟਦਿਆਂ ਹੀ ਅੱਖਾਂ ਬੰਦ ਕਰ ਲਈਆਂ, ਪਰ ਨੀਂਦ ਕਿੱਥੇ ਆਉਣ ਵਾਲੀ ਸੀ। ਉਸਦੇ ਦਿਲੋਂ ਦਿਮਾਗ ਵਿੱਚ ਬਹੁਤ ਸਾਰੀਆਂ ਯਾਦਾਂ ਅਚਾਨਕ ਹੀ ਜਿਵੇਂ ਨੀਂਦ 'ਚੋਂ ਜਾਗ ਪਈਆਂ ਸਨ ਅਤੇ ਉਥਲ ਪੁਥਲ ਕਰਕੇ ਉਸਨੂੰ ਪਰੇਸ਼ਾਨ ਕਰ ਰਹੀਆਂ ਸਨ। ਉਸ ਦੀਆਂ ਯਾਦਾਂ ਦਾ ਕਾਰਵਾਂ ਚੱਲਦਾ ਹੋਇਆ ਹੌਲੀ ਹੌਲੀ 10 ਸਾਲ ਪਹਿਲਾਂ ਦੇ ਸਮੇਂ ਵਿੱਚ ਪਹੁੰਚ ਗਿਆ। ਉਹ ਇੱਕ ਅਜਿਹਾ ਸਮਾਂ ਸੀ ਜਿੱਥੇ ਉਹ ਦੁਬਾਰਾ ਕਦੇ ਨਹੀਂ ਸੀ ਜਾਣਾ ਚਾਹੁੰਦਾ। ਪਰ ਸਮਾਂ ਇੰਨਾ ਬਲਵਾਨ ਹੁੰਦਾ ਕਿ ਆਦਮੀ ਨੂੰ ਨਾ ਚਾਹੁੰਦੇ ਹੋਏ ਵੀ ਆਪਣੇ ਅਤੀਤ ਨੂੰ ਯਾਦ ਕਰਨਾ ਪੈਂਦਾ। ਅਜੀਤ ਇੱਕ ਬਹੁਤ ਹੀ ਹੁਸ਼ਿਆਰ ਅਤੇ ਗੰਭੀਰ ਕਿਸਮ ਦਾ ਵਿਦਿਆਰਥੀ ਸੀ। ਉਸਨੇ MBBS ਕੀਤੀ ਸੀ ਅਤੇ ਉੱਥੋਂ ਹੀ ਇੰਟਰਨਸ਼ਿਪ ਕਰਕੇ MD ਦੀ ਡਿਗਰੀ ਹਾਸਲ ਕਰ ਲਈ ਸੀ। ਉਹ ਹੁਣ ਨੌਕਰੀ ਦੀ ਤਲਾਸ਼ ਕਰ ਰਿਹਾ ਸੀ। ਜਲਦ ਹੀ ਉਸਨੂੰ ਦਿੱਲੀ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਨੌਕਰੀ ਮਿਲ ਗਈ। ਉਦੋਂ ਹੀ ਉਸਦੇ ਲਈ ਰਿਸ਼ਤੇ ਆਉਣੇ ਸ਼ੁਰੂ ਹੋ ਗਏ ਸੀ। ਬਹੁਤ ਛੋਟਾ ਪਰਿਵਾਰ ਸੀ। ਉਸਦੇ ਵਿਆਹ ਤੋਂ ਪਹਿਲਾਂ ਹੀ ਮਾਂ ਬਾਪ ਨੇ ਉਸਦੀ ਇੱਛਾ ਪੁੱਛ ਲਈ ਸੀ। ਅੱਜ ਕੱਲ੍ਹ ਦੇ ਚੱਲਣ ਅਨੁਸਾਰ ਇਹ ਬਹੁਤ ਜ਼ਰੂਰੀ ਵੀ ਸੀ। ਅਜੀਤ ਗੰਭੀਰ ਆਚਰਣ ਦਾ ਵਿਅਕਤੀ ਸੀ, ਪਰੰਤੂ ਹਰ ਵਿਅਕਤੀ ਦੇ ਜੀਵਨ ਵਿੱਚ ਪਿਆਰ ਅਤੇ ਰੋਮਾਂਚ ਦੇ ਪਲ ਤਾਂ ਆਉਂਦੇ ਹੀ ਹਨ। ਇਹ ਐਸੇ ਪਲ ਹੁੰਦੇ ਹਨ ਜਦੋਂ ਉਸਨੂੰ ਚਾਹੁੰਦਿਆਂ ਨਾ ਚਾਹੁੰਦਿਆਂ ਪਿਆਰ ਦੇ ਰਾਹ 'ਤੇ ਚੱਲਣਾ ਹੀ ਪੈਂਦਾ ਅਤੇ ਇਸਦੇ ਖੂਬਸੂਰਤ ਰੰਗਾਂ ਤੋਂ ਰੂਬਰੂ ਹੋਣਾ ਹੀ ਪੈਂਦਾ। ਉਸਨੂੰ ਵੀ ਪਿਆਰ ਹੋਇਆ ਸੀ, ਕਈ ਕੁੜੀਆਂ ਉਸਦੇ ਵੱਲ ਆਕਰਸ਼ਿਤ ਹੋਈਆਂ ਸੀ, ਪਰੰਤੂ ਆਪਣੇ ਜੀਵਨ ਵਿੱਚ ਇੱਕ ਗਤੀ ਪ੍ਰਦਾਨ ਕਰਨ ਦੇ ਚੱਕਰ ਵਿੱਚ ਉਸਦਾ ਪ੍ਰੇਮ ਪਿਆਰ ਕਿਸੇ ਗੰਭੀਰ ਨਤੀਜੇ ਤੱਕ ਨਹੀਂ ਸੀ ਪਹੁੰਚ ਸਕਿਆ। ਉਸਦੇ ਜੀਵਨ ਵਿੱਚ ਪ੍ਰੇਮ ਦੀ ਵਰਖਾ ਹਲਕੀ ਫੁਲਕੀ ਫੁਹਾਰ ਦੀ ਤਰ੍ਹਾਂ ਆਈ ਸੀ ਅਤੇ ਉਸਦੇ ਮਨ ਨੂੰ ਭਿਉਂ ਕੇ ਚਲੀ ਗਈ। ਇੱਕ ਮੋੜ 'ਤੇ ਆ ਕੇ ਸਾਰੇ ਵਿਦਿਆਰਥੀ ਇੱਕ ਦੂਜੇ ਤੋਂ ਜੁਦਾ ਹੋ ਗਏ। ਉਸਨੇ ਨਾ ਤਾਂ ਕੁੜੀਆਂ ਨੂੰ ਕੋਈ ਸ਼ਿਕਾਇਤ ਕੀਤੀ ਅਤੇ ਨਾ ਹੀ ਕੁੜੀਆਂ ਨੇ ਉਸ ਨਾਲ ਕੋਈ ਗਿਲਾ ਕੀਤਾ। ਆਪਣੀ ਪੜ੍ਹਾਈ ਦੇ ਚੱਕਰ ਵਿੱਚ ਉਸ ਕੋਲ ਕਿਸੇ ਚੀਜ਼ ਲਈ ਸਮਾਂ ਹੀ ਨਹੀਂ ਸੀ। ਅਜੀਤ ਦੀ ਆਪਣੀ ਕੋਈ ਪਸੰਦ ਨਹੀਂ ਸੀ, ਬਸ ਉਸਨੇ ਸਭ ਕੁਝ ਮਾਤਾ ਪਿਤਾ 'ਤੇ ਛੱਡ ਦਿੱਤਾ ਸੀ। ਜਿਵੇਂ ਕਿ ਉਹ ਦਿੱਲੀ ਵਿੱਚ ਨੌਕਰੀ ਕਰ ਰਿਹਾ ਸੀ, ਇਸ ਲਈ ਘਰ ਵਾਲੇ ਨੇ ਸੋਚਿਆ ਕਿ ਦਿੱਲੀ ਦੀ ਹੀ ਕੋਈ ਕੁੜੀ ਉਸਦੇ ਲਈ ਜ਼ਿਆਦਾ ਯੋਗ ਰਹੇਗੀ, ਉਸਦੇ ਲਈ ਡਾਕਟਰ ਕੁੜੀ ਮਿਲ ਸਕਦੀ ਸੀ। ਪਰ ਅਜੀਤ ਨੇ ਇਸ ਬਾਰੇ ਸਾਫ਼ ਕਹਿ ਦਿੱਤਾ ਸੀ ਕਿ ਮੈਨੂੰ ਡਾਕਟਰ ਕੁੜੀ ਨਹੀਂ ਚਾਹੀਦੀ, ਕਿਉਂਕਿ ਜੇਕਰ ਦੋਵੇਂ ਮੀਆਂ ਬੀਵੀ ਡਾਕਟਰ ਹੋਣਗੇ ਤਾਂ ਘਰ ਵਿੱਚ ਮਰੀਜ਼ਾਂ ਅਤੇ ਮੁਰਦਿਆਂ ਦੀਆਂ ਹੀ ਗੱਲਾਂ ਹੋਣਗੀਆਂ ਅਤੇ ਜ਼ਿੰਦਗੀ ਨੀਰਸ ਹੋ ਜਾਵੇਗੀ। ਘਰ ਆ ਕੇ ਤਾਂ ਘੱਟੋ ਘੱਟ ਬੰਦਾ ਕੋਈ ਹੋਰ ਤਰ੍ਹਾਂ ਦੀ ਗੱਲ ਕਰੇ ਤਾਂ ਅੱਧੀ ਥਕਾਵਟ ਲੈ ਜਾਂਦੀ ਹੈ। ਬਸ ਇੰਨੀ ਕੁ ਹੀ ਡਿਮਾਂਡ ਸੀ ਉਸਦੀ।
ਤੇ ਬਾਕੀ ਉਸਨੇ ਕਹਿ ਦਿੱਤਾ ਸੀ ਕਿ ਮਾਤਾ ਪਿਤਾ ਦੀ ਜੋ ਵੀ ਪਸੰਦ ਹੋਵੇਗੀ ਉਹੀ ਉਸਦੀ ਪਸੰਦ ਹੋਵੇਗੀ। ਅੰਤ ਵਿੱਚ ਇੱਕ ਕੁੜੀ ਸਾਰਿਆਂ ਨੂੰ ਪਸੰਦ ਆਈ। ਉਸਨੇ MBA ਕੀਤੀ ਸੀ ਅਤੇ ਦਿੱਲੀ ਦੀ ਹੀ ਇੱਕ ਵੱਡੀ ਕੰਪਨੀ ਵਿੱਚ ਸੀਨੀਅਰ ਮੈਨੇਜਰ ਦੇ ਤੌਰ 'ਤੇ ਕੰਮ ਕਰ ਰਹੀ ਸੀ। ਦੇਖਣ ਦਿਖਾਉਣ ਦੀ ਫਾਰਮੈਲਿਟੀ ਤੋਂ ਬਾਅਦ ਅਜੀਤ ਅਤੇ ਰੂਹੀ ਦਾ ਵਿਆਹ ਹੋ ਗਿਆ। ਵਿਆਹ ਤੋਂ ਕੁਝ ਦਿਨ ਬਾਅਦ ਹੀ ਉਸਨੂੰ ਲੱਗਦਾ ਕਿ ਰੂਹੀ ਦੇ ਪਿਆਰ ਵਿੱਚ ਕੋਈ ਉਤਸ਼ਾਹ ਨਹੀਂ ਹੈ, ਗ੍ਰਹਿਸਥ ਜੀਵਨ ਦੇ ਪ੍ਰਤੀ ਕੋਈ ਉਮੰਗ ਨਹੀਂ। ਅਜੀਤ ਇੱਕ ਡਾਕਟਰ ਸੀ ਅਤੇ ਉਹ ਸਰੀਰਕ ਸੰਰਚਨਾ ਦੇ ਬਾਰੇ ਬਹੁਤ ਚੰਗੀ ਤਰ੍ਹਾਂ ਜਾਣਦਾ ਸੀ, ਪਰੰਤੂ ਉਹ ਆਧੁਨਿਕ ਜੀਵਨ ਵਿੱਚ ਆਈ ਗੈਰ ਜ਼ਰੂਰੀ ਆਜ਼ਾਦੀ ਦੇ ਬਾਰੇ ਵਿੱਚ ਵੀ ਚੰਗੀ ਤਰ੍ਹਾਂ ਜਾਣਦਾ ਸੀ। ਇਸ ਲਈ ਪਤਨੀ ਨਾਲ ਇਸ ਸੰਬੰਧ ਵਿੱਚ ਕੋਈ ਪ੍ਰਸ਼ਨ ਨਹੀਂ ਸੀ ਕੀਤਾ। ਪਰ ਉਹ ਕੋਈ ਮਨੋਵਿਗਿਆਨਿਕ ਵੀ ਨਹੀਂ ਸੀ ਕਿ ਰੂਹੀ ਦੇ ਮਨ ਦੀ ਉਦਾਸੀ ਅਤੇ ਜੀਵਨ ਦੇ ਪ੍ਰਤੀ ਉਸਦੀ ਨਿਰਾਸ਼ਾ ਨੂੰ ਸਮਝ ਸਕਦਾ। ਜਦੋਂ ਤੱਕ ਉਹ ਆਪਣੇ ਮਨ ਦੀਆਂ ਪਰਤਾਂ ਨਾ ਖੋਲ੍ਹਦੀ, ਉਦੋਂ ਤੱਕ ਅਜੀਤ ਨੂੰ ਉਸਦੀ ਉਦਾਸੀ ਦਾ ਕਾਰਨ ਸਮਝ ਵਿੱਚ ਨਹੀਂ ਸੀ ਆ ਸਕਦਾ। ਪਰ ਰੂਹੀ ਉਸਦੇ ਨਾਲ ਹੁੰਦੇ ਹੋਏ ਵੀ ਜਿਵੇਂ ਇਕੱਲੀ ਹੁੰਦੀ ਸੀ, ਉਸ ਨਾਲ ਬਹੁਤ ਹੀ ਘੱਟ ਗੱਲ ਕਰਦੀ ਸੀ ਅਤੇ ਘਰ ਦੇ ਕੰਮਾਂ ਵਿੱਚ ਵੀ ਕੋਈ ਦਿਲਚਸਪੀ ਨਹੀਂ ਸੀ ਲੈਂਦੀ। ਘਰ ਵਿੱਚ ਕੇਵਲ ਉਹੀ ਦੋ ਪਰਿਵਾਰਕ ਮੈਂਬਰ ਸਨ। ਵੈਸੇ ਤਾਂ ਘਰੇਲੂ ਕੰਮਾਂ ਲਈ ਨੌਕਰਾਣੀ ਸੀ, ਘਰ ਦੇ ਜ਼ਿਆਦਾਤਰ ਕੰਮ ਉਹੀ ਕਰਦੀ ਸੀ। ਇਸ ਕਰਕੇ ਪਤੀ ਪਤਨੀ ਦੇ ਕੋਲ ਕਾਫੀ ਸਮਾਂ ਹੁੰਦਾ ਸੀ ਕਿ ਇੱਕ ਦੂਜੇ ਨਾਲ ਦਿਲ ਦੀਆਂ ਗੱਲਾਂ ਕਰ ਸਕਣ, ਇੱਕ ਦੂਜੇ ਨੂੰ ਸਮਝਣ। ਪਰ ਰੂਹੀ ਦੀ ਉਸ ਨਾਲ ਗੱਲ ਕਰਨ ਵਿੱਚ ਕੋਈ ਰੁਚੀ ਸੀ ਹੀ ਨਹੀਂ। ਦਫ਼ਤਰੋਂ ਆਉਣ ਤੋਂ ਬਾਅਦ ਥੱਕੀ ਟੁੱਟੀ ਬੈੱਡ 'ਤੇ ਲੇਟ ਜਾਂਦੀ, ਜਿਵੇਂ ਸੈਂਕੜੇ ਮੀਲਾਂ ਦੀ ਯਾਤਰਾ ਕਰਕੇ ਆਈ ਹੋਵੇ। ਚਿਹਰਾ ਬੁਝਿਆ ਬੁਝਿਆ ਹੁੰਦਾ, ਅੱਖਾਂ ਦੀ ਰੌਸ਼ਨੀ 'ਤੇ ਜਿਵੇਂ ਕਾਲਾ ਪਰਦਾ ਪਿਆ ਹੁੰਦਾ। ਇੰਨਾ ਤਾਂ ਅਜੀਤ ਨੂੰ ਵੀ ਸਮਝ ਵਿੱਚ ਆ ਗਿਆ ਸੀ ਕਿ ਰੂਹੀ ਦੀ ਉਦਾਸੀ ਦਾ ਵਾਸਤਵਿਕ ਕਾਰਨ ਕੀ ਹੈ। ਪਰ ਉਹ ਉਸ ਤੋਂ ਦੂਰ ਕਿਉਂ ਰਹਿਣਾ ਚਾਹੁੰਦੀ ਹੈ, ਕਿਉਂ ਉਸਦੇ ਨਾਲ ਆਪਣੇ ਸੰਬੰਧ ਨੂੰ ਵਧੀਆ ਨਹੀਂ ਬਣਾ ਰਹੀ, ਇਹ ਸਭ ਸਮਝ ਤੋਂ ਪਰੇ ਸੀ। ਦੋਨੋਂ ਪਤੀ ਪਤਨੀ ਸੀ। ਜੇਕਰ ਉਸਨੂੰ ਗ੍ਰਹਿਸਥ ਜੀਵਨ ਤੋਂ ਇੰਨੀ ਹੀ ਨਫ਼ਰਤ ਸੀ ਤਾਂ ਉਸਨੇ ਉਸਦੇ ਨਾਲ ਵਿਆਹ ਦੇ ਲਈ ਹਾਂ ਕਿਉਂ ਕੀਤੀ ਸੀ? ਕੀ ਉਸਦੇ ਉੱਪਰ ਉਸਦੇ ਘਰ ਵਾਲਿਆਂ ਦਾ ਕੋਈ ਦਬਾਅ ਸੀ? ਅਤੇ ਜੇਕਰ ਉਹ ਪਹਿਲਾਂ ਹੀ ਕਿਸੇ ਹੋਰ ਵਿਅਕਤੀ ਦੇ ਨਾਲ ਪਿਆਰ ਦੀ ਖੇਡ ਖੇਡ ਰਹੀ ਸੀ ਤਾਂ ਉਸਦੇ ਨਾਲ ਵਿਆਹ ਕਿਉਂ ਕੀਤਾ? ਕੀ ਉਹ ਵਿਆਹਿਆ ਸੀ? ਜੇ ਹਾਂ ਤਾਂ ਹੁਣ ਤੱਕ ਉਸਦੇ ਨਾਲ ਆਪਣੇ ਸੰਬੰਧਾਂ ਨੂੰ ਤੋੜਿਆ ਕਿਉਂ ਨਹੀਂ? ਉਹ ਵੀ ਤਾਂ ਹੁਣ ਵਿਆਹੀ ਹੋਈ ਹੈ। ਗ੍ਰਹਿਸਥ ਜੀਵਨ ਦੇ ਪ੍ਰਤੀ ਉਸਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ। ਅਜੀਤ ਜਾਣਦਾ ਸੀ ਕਿ ਰੂਹੀ ਆਪਣੇ ਆਪ ਕੁਝ ਨਹੀਂ ਦੱਸੇਗੀ, ਪਹਿਲ ਉਸਨੂੰ ਹੀ ਕਰਨੀ ਹੋਵੇਗੀ ਅਤੇ ਇਸ ਵਿੱਚ ਜ਼ਿਆਦਾ ਦੇਰ ਕਰਨਾ ਠੀਕ ਨਹੀਂ ਰਹੇਗਾ। ਉਹ ਕਿਉਂ ਉਸ ਅੱਗ ਵਿੱਚ ਸੜਦਾ ਰਹੇ ਜਿਸ ਨੂੰ ਲਾਉਣ ਵਿੱਚ ਉਸਦਾ ਕੋਈ ਹੱਥ ਨਹੀਂ? ਇੱਕ ਸ਼ਾਮ ਉਸਨੇ ਸ਼ਾਂਤ ਅਤੇ ਗੰਭੀਰ ਆਵਾਜ਼ ਵਿੱਚ ਕਿਹਾ, ਰੂਹੀ, ਨਾ ਤਾਂ ਮੈਂ ਤੇਰੇ ਕੋਲੋਂ ਤੇਰੇ ਅਤੀਤ ਦੇ ਬਾਰੇ ਵਿੱਚ ਕੁਝ ਪੁੱਛਾਂਗਾ ਅਤੇ ਨਾ ਅੱਜ ਦੇ ਬਾਰੇ ਵਿੱਚ, ਪਰ ਮੈਂ ਇੰਨਾ ਜ਼ਰੂਰ ਪੁੱਛਣਾ ਚਾਹੁੰਦਾ ਹਾਂ ਕਿ ਤੂੰ ਜਿਸ ਅੱਗ ਵਿੱਚ ਜਲ ਰਹੀ ਹਾਂ ਉਸ ਵਿੱਚ ਮੈਨੂੰ ਸਾੜਨ ਦਾ ਯਤਨ ਨਾ ਕਰ। ਮੈਂ ਕੋਈ ਅਪਰਾਧ ਨਹੀਂ ਕੀਤਾ, ਮੇਰਾ ਅਪਰਾਧ ਕੇਵਲ ਇੰਨਾ ਕਿ ਮੈਂ ਤੇਰੇ ਨਾਲ ਵਿਆਹ ਕੀਤਾ। ਪਰ ਇਸ ਛੋਟੇ ਜਿਹੇ ਅਪਰਾਧ ਦੇ ਲਈ ਮੈਂ ਕਾਲੇ ਪਾਣੀ ਦੀ ਸਜ਼ਾ ਤਾਂ ਨਹੀਂ ਭੋਗ ਸਕਦਾ। ਤੂੰ ਮੈਨੂੰ ਸਾਫ਼ ਸਾਫ਼ ਦੱਸ ਸਕਦੀ ਹੈ ਕਿ ਤੂੰ ਕੀ ਚਾਹੁੰਦੀ ਹੈ? ਰੂਹੀ ਗਵਾਚੀਆਂ ਨਜ਼ਰਾਂ ਨਾਲ ਦੇਖਦੀ ਰਹੀ। ਉਹ 6-5 ਵਿੱਚ ਸੀ। ਉਸਦੀਆਂ ਅੱਖਾਂ ਵਿੱਚ ਹਲਕੀ ਜਿਹੀ ਨਮੀ ਆ ਗਈ ਸੀ। ਫਿਰ ਇਸ ਤਰ੍ਹਾਂ ਲੱਗਾ ਜਿਵੇਂ ਬਸ ਰੋਣ ਹੀ ਲੱਗ ਜਾਵੇਗੀ। ਉਸਨੇ ਆਪਣੀਆਂ ਨਜ਼ਰਾਂ ਚੁਕਾ ਲਈਆਂ ਅਤੇ ਹੌਲੀ ਜਿਹੀ ਆਵਾਜ਼ ਵਿੱਚ ਕਿਹਾ, ਮੈਂ ਜਾਣਦੀ ਸੀ ਕਿ ਇੱਕ ਦਿਨ ਇਹੀ ਹੋਵੇਗਾ। ਮੈਂ ਤੁਹਾਡਾ ਜੀਵਨ ਬਰਬਾਦ ਨਹੀਂ ਸੀ ਕਰਨਾ ਚਾਹੁੰਦੀ, ਪਰ ਸਮਾਜ ਅਤੇ ਪਰਿਵਾਰ ਦੇ ਰੀਤੀ ਰਿਵਾਜ ਕਈ ਵਾਰ ਸਾਨੂੰ ਉਹ ਨਹੀਂ ਕਰਨ ਦਿੰਦੇ ਜੋ ਅਸੀਂ ਚਾਹੁੰਦੇ ਹਾਂ। ਸਾਨੂੰ ਉਹਨਾਂ ਦੀ ਇੱਛਾ ਅਤੇ ਦਬਾਅ ਦੇ ਅੱਗੇ ਝੁਕਣਾ ਪੈਂਦਾ। ਫਿਰ ਅਸੀਂ ਇੱਕ ਅਜਿਹਾ ਜੀਵਨ ਜਿਉਂਦੇ ਹਾਂ
ਜੋ ਨਾ ਤਾਂ ਸਾਡਾ ਹੁੰਦਾ, ਨਾ ਸਮਾਜ ਦਾ ਅਤੇ ਨਾ ਹੀ ਪਰਿਵਾਰ ਦਾ। ਤੇਰੀ ਮਜਬੂਰੀ ਕੀ ਹੈ ਮੈਨੂੰ ਨਹੀਂ ਪਤਾ, ਦੱਸ ਸਕਦੀ ਹਾਂ ਤਾਂ ਕੋਈ ਨਾ ਕੋਈ ਹੱਲ ਲੱਭ ਸਕਦੇ ਹਾਂ, ਅਜੀਤ ਨੇ ਤਸੱਲੀ ਦਿੰਦਿਆਂ ਉਸਦੀਆਂ ਅੱਖਾਂ ਵਿੱਚ ਵੇਖ ਕੇ ਕਿਹਾ। ਨਹੀਂ, ਮੇਰੀ ਸਮੱਸਿਆ ਦਾ ਕੋਈ ਹੱਲ ਨਹੀਂ ਹੈ। ਤੁਸੀਂ ਇਹ ਨਾ ਸਮਝੋ ਕਿ ਮੈਂ ਜਾਣਬੁੱਝ ਕੇ ਤੁਹਾਨੂੰ ਨਿਰਾਸ਼ ਕਰ ਰਹੀ ਹਾਂ। ਅਸਲ ਵਿੱਚ ਮੈਂ ਆਪਣੇ ਅਪਰਾਧ ਦੇ ਹੇਠਾਂ ਇੰਨੀ ਦੱਬ ਚੁੱਕੀ ਹਾਂ ਕਿ ਤੁਹਾਡੇ ਨਾਲ ਨੋਰਮਲ ਵਿਹਾਰ ਨਹੀਂ ਕਰ ਸਕਦੀ। ਮੇਰਾ ਅਪਰਾਧ ਮੈਨੂੰ ਅੰਦਰ ਹੀ ਅੰਦਰ ਖਾ ਰਿਹਾ। ਉਸਨੇ ਅੱਖਾਂ ਨੀਵੀਆਂ ਕਰ ਲਈਆਂ ਸੀ। ਜੇਕਰ ਤੂੰ ਕੋਈ ਅਪਰਾਧ ਕੀਤਾ ਤਾਂ ਉਸਦਾ ਪਛਤਾਵਾ ਕਰ ਸਕਦੀ ਹਾਂ। ਹੁਣ ਡਾਕਟਰ ਅਜੀਤ ਦੀਆਂ ਅੱਖਾਂ ਵਿੱਚ ਪ੍ਰਸ਼ਨ ਸੀ। ਇਹੀ ਤਾਂ ਮੁਸ਼ਕਿਲ ਹੈ, ਮੇਰਾ ਗੁਨਾਹ ਮੇਰਾ ਪਿੱਛਾ ਹੀ ਨਹੀਂ ਛੱਡ ਰਿਹਾ। ਅਜੀਤ ਦੀ ਸਮਝ ਵਿੱਚ ਕੁਝ ਨਾ ਆਇਆ। ਉਸਨੇ ਰੂਹੀ ਵੱਲ ਇਸ ਤਰ੍ਹਾਂ ਵੇਖਿਆ ਕਿ ਉਹ ਚਾਹੇ ਤਾਂ ਦੱਸ ਸਕਦੀ ਹੈ। ਰੂਹੀ ਨੇ ਕਿਹਾ, ਤੁਹਾਡੇ ਤੋਂ ਕੁਝ ਲੁਕਾਉਣ ਦਾ ਕੋਈ ਕਾਰਨ ਨਹੀਂ ਹੈ, ਮੈਂ ਤੁਹਾਨੂੰ ਦੱਸ ਸਕਦੀ ਹਾਂ। ਘੱਟੋ ਘੱਟ ਮੇਰਾ ਗੁਨਾਹ ਕੁਝ ਹੱਦ ਤੱਕ ਘੱਟ ਹੋ ਜਾਵੇਗਾ, ਪਰੰਤੂ ਮੈਂ ਜਾਣਦੀ ਹਾਂ ਜੋ ਗਲਤੀ ਮੈਂ ਕਰ ਰਹੀ ਹਾਂ ਉਹ ਕਿਸੇ ਵੀ ਤਰ੍ਹਾਂ ਮਾਫ਼ੀ ਦੇ ਕਾਬਲ ਨਹੀਂ ਹੈ। ਮੈਂ ਚਾਹ ਕੇ ਵੀ ਇਸ ਤੋਂ ਪਿੱਛਾ ਨਹੀਂ ਛੁਡਾ ਸਕਦੀ, ਉਹ ਵੀ ਮੇਰਾ ਪਿੱਛਾ ਨਹੀਂ ਛੱਡ ਰਿਹਾ। ਤਾਂ ਤੂੰ ਮੇਰਾ ਪਿੱਛਾ ਛੱਡ ਕੇ ਉਸ ਨਾਲ ਵਿਆਹ ਕਰ ਲੈ, ਮੈਂ ਤੈਨੂੰ ਆਜ਼ਾਦ ਕਰਦਾ। ਇਹ ਸੁਣ ਕੇ ਰੂਹੀ ਸੁੰਨ ਜਿਹੀ ਹੋ ਗਈ ਸੀ। ਉਸਦਾ ਸਰੀਰ ਕੰਬਣ ਲੱਗਾ, ਅੱਖਾਂ ਵਿੱਚ ਡਰ ਦਾ ਇੱਕ ਡੂੰਘਾ ਪਰਛਾਵਾਂ ਦਿਖਾਈ ਦੇਣ ਲੱਗਾ। ਉਹ ਲਗਭਗ ਚੀਕਦੇ ਹੋਏ ਕਹਿਣ ਲੱਗੀ, ਨਹੀਂ, ਉਹ ਤਾਂ ਪਹਿਲਾਂ ਹੀ ਵਿਆਹ ਹੋਇਆ, ਮੇਰੇ ਨਾਲ ਵਿਆਹ ਨਹੀਂ ਕਰ ਸਕਦਾ। ਅਜੀਤ ਦੇ ਦਿਮਾਗ ਦੀਆਂ ਨਸਾਂ ਫਟਣ ਲੱਗੀਆਂ ਸੀ। ਰੂਹੀ ਕਿਹੜੀ ਖੇਡ ਖੇਡ ਰਹੀ ਸੀ? ਉਹ ਆਪਣੇ ਪਤੀ ਨਾਲ ਨੋਰਮਲ ਜ਼ਿੰਦਗੀ ਨਹੀਂ ਜਿਉਂ ਰਹੀ, ਅਤੇ ਜਿਸ ਦੇ ਨਾਲ ਉਸਦਾ ਵਿਆਹ ਨਹੀਂ ਹੋਇਆ ਉਹੀ ਉਸਦਾ ਸਭ ਕੁਝ ਹੈ, ਉਸਦੇ ਨਾਲ ਆਪਣੇ ਨਾਜਾਇਜ਼ ਸੰਬੰਧ ਨਹੀਂ ਤੋੜ ਸਕਦੀ। ਉਹ ਰੂਹੀ ਦੇ ਜੀਵਨ ਦੇ ਨਾਲ ਹੀ ਨਹੀਂ, ਉਸਦੇ ਸਰੀਰ ਨਾਲ ਵੀ ਖਿਲਵਾੜ ਕਰ ਰਿਹਾ। ਆਪਣੇ ਸਰੀਰਕ ਸੁੱਖ ਦੇ ਲਈ ਉਹ ਵਿਅਕਤੀ ਆਪਣੇ ਪਰਿਵਾਰ ਨੂੰ ਨਹੀਂ ਛੱਡ ਸਕਦਾ, ਪਰ ਉਸਦੀ ਖਾਤਰ ਰੂਹੀ ਆਪਣੀ ਵਿਅਹੁਤਾ ਜ਼ਿੰਦਗੀ ਵਿੱਚ ਜ਼ਹਿਰ ਘੋਲ ਰਹੀ ਹੈ। ਉਹ ਆਪਣੇ ਸਬਰ ਤੋਂ ਕੰਮ ਨਹੀਂ ਲੈ ਰਹੀ, ਉਹ ਭਾਵੁਕਤਾ ਅਤੇ ਮੋਹ ਵਿੱਚ ਫਸੀ ਹੋਈ ਹੈ, ਜੋ ਗਲਤੀ 'ਤੇ ਗਲਤੀ ਕਰਦੀ ਜਾ ਰਹੀ ਸੀ। ਉਸਦੀ ਸਮਝ ਵਿੱਚ ਨਹੀਂ ਸੀ ਆ ਰਿਹਾ ਕਿ ਕਿਹੜੇ ਰਸਤੇ 'ਤੇ ਚੱਲ ਕੇ ਉਹ ਆਪਣੇ ਜੀਵਨ ਨੂੰ ਸੁਖੀ ਬਣਾ ਸਕਦੀ ਸੀ। ਡਾਕਟਰ ਅਜੀਤ ਦੀ ਸਮਝ ਵਿੱਚ ਨਹੀਂ ਸੀ ਆਇਆ ਕਿ ਆਖਰ ਉਹ ਚਾਹੁੰਦੀ ਕੀ ਹੈ। ਮਨ ਵਿੱਚ ਕਈ ਤਰ੍ਹਾਂ ਦੇ ਪ੍ਰਸ਼ਨ ਸੀ, ਪਰੰਤੂ ਉਸਨੇ ਰੂਹੀ ਨੂੰ ਕੁਝ ਨਹੀਂ ਪੁੱਛਿਆ। ਰੂਹੀ ਹੀ ਦੱਸ ਰਹੀ ਸੀ, ਉਹ ਮੇਰਾ ਪਹਿਲਾ ਪਿਆਰ ਸੀ, ਮੈਂ ਭਾਵੁਕ ਸੀ, ਉਹ ਚਲਾਕ ਸੀ। ਉਸਨੇ ਮੇਰੀਆਂ ਭਾਵਨਾਵਾਂ ਦੇ ਨਾਲ ਖਿਲਵਾੜ ਕੀਤਾ, ਮੈਂ ਭਟਕ ਗਈ ਅਤੇ ਆਪਣਾ ਸਰੀਰ ਉਸਨੂੰ ਸੌਂਪ ਦਿੱਤਾ। ਬਾਅਦ ਵਿੱਚ ਪਤਾ ਲੱਗਾ ਕਿ ਉਹ ਵਿਆਹਿਆ ਹੋਇਆ, ਫਿਰ ਵੀ ਮੈਂ ਉਸ ਨਾਲ ਆਪਣਾ ਰਿਸ਼ਤਾ ਨਹੀਂ ਸੀ ਤੋੜ ਸਕੀ। ਜਦੋਂ ਵੀ ਉਸਨੂੰ ਦੇਖਦੀ ਹਾਂ ਤਾਂ ਪਾਗਲ ਹੋ ਜਾਂਦੀ ਹਾਂ, ਪਤਾ ਨਹੀਂ ਉਸ ਵਿੱਚ ਅਜਿਹੀ ਕੀ ਗੱਲ ਹੈ, ਉਸਦੀਆਂ ਗੱਲਾਂ ਵਿੱਚ ਅਜਿਹਾ ਕਿਹੜਾ ਜਾਦੂ ਹੈ ਜੋ ਮੈਂ ਉਸ ਵੱਲ ਖਿੱਚੀ ਤੁਰੀ ਜਾਂਦੀ ਹਾਂ। ਵਿਆਹ ਤੋਂ ਬਾਅਦ ਮੈਂ ਪਤਾ ਨਹੀਂ ਕਿੰਨੀ ਵਾਰ ਕੋਸ਼ਿਸ਼ ਕੀਤੀ ਕਿ ਉਸਨੂੰ ਨਾ ਮਿਲਾਂ, ਪਰ ਜਦੋਂ ਉਹ ਮੇਰੇ ਸਾਹਮਣੇ ਨਹੀਂ ਹੁੰਦਾ ਤਾਂ ਮੈਂ ਉਸਦੇ ਬਾਰੇ ਵਿੱਚ ਹੀ ਸੋਚਦੀ ਰਹਿੰਦੀ ਹਾਂ, ਉਸਨੂੰ ਮਿਲਣ ਦੇ ਲਈ ਤੜਫਦੀ ਹਾਂ। ਉਸ ਦੇ ਇਲਾਵਾ ਮੈਂ ਕਿਸੇ ਹੋਰ ਦੇ ਬਾਰੇ ਵਿੱਚ ਸੋਚ ਹੀ ਨਹੀਂ ਸਕਦੀ, ਤੁਹਾਡੇ ਬਾਰੇ ਵਿੱਚ ਵੀ ਨਹੀਂ। ਮੈਂ ਤੁਹਾਡੇ ਨਾਲ ਤਾਂ ਹਾਂ, ਪਰ ਮੇਰਾ ਮਨ ਉਸਦੇ ਕੋਲ ਹੁੰਦਾ। ਮੈਂ ਜਾਣਦੀ ਹਾਂ ਕਿ ਮੈਂ ਤੁਹਾਡੇ ਪ੍ਰਤੀ ਇਮਾਨਦਾਰ ਨਹੀਂ, ਵਿਅਹੁਤਾ ਜੀਵਨ ਦੀ ਇਮਾਨਦਾਰੀ ਤੋਂ ਪਰੇ ਮੈਂ ਤੁਹਾਡੇ ਨਾਲ ਧੋਖਾ ਕਰ ਰਹੀ ਹਾਂ, ਪਰ ਮੇਰਾ ਆਪਣੇ ਮਨ 'ਤੇ ਕੋਈ ਕਾਬੂ ਨਹੀਂ ਹੈ। ਮੈਂ ਇੱਕ ਕਮਜ਼ੋਰ ਔਰਤ ਹਾਂ, ਇਹੀ ਮੇਰਾ ਅਪਰਾਧ ਹੈ। ਕੋਈ ਵੀ ਮਰਦ ਜਾਂ ਔਰਤ ਕਮਜ਼ੋਰ ਨਹੀਂ ਹੁੰਦਾ, ਅਸੀਂ ਕੇਵਲ ਭਾਵੁਕਤਾ ਅਤੇ ਪਿਆਰ ਦਾ ਬਹਾਨਾ ਬਣਾਉਂਦੇ ਰਹਿੰਦੇ ਹਾਂ। ਦੁਨੀਆ ਵਿੱਚ ਅਸੀਂ ਬਹੁਤ ਸਾਰੀਆਂ ਚੀਜ਼ਾਂ ਛੱਡ ਦਿੰਦੇ ਹਾਂ, ਅਸੀਂ ਮਾਂ ਬਾਪ ਨੂੰ ਤਿਆਗ ਦਿੰਦੇ ਹਾਂ, ਆਪਣੇ ਸਕੇ ਸੰਬੰਧੀਆਂ ਨੂੰ ਛੱਡ ਦਿੰਦੇ ਹਾਂ ਅਤੇ ਹੋਰ ਵੀ ਬਹੁਤ ਸਾਰੀਆਂ ਪਿਆਰੀਆਂ ਚੀਜ਼ਾਂ ਨੂੰ ਜ਼ਿੰਦਗੀ ਵਿੱਚ ਤਿਆਗ ਦਿੰਦੇ ਹਾਂ।
ਤਾਂ ਫਿਰ ਕਿਸੇ ਬੁਰਾਈ ਨੂੰ ਅਸੀਂ ਕਿਉਂ ਨਹੀਂ ਛੱਡ ਸਕਦੇ? ਕੀ ਬੁਰਾਈ ਵਿੱਚ ਜ਼ਿਆਦਾ ਆਕਰਸ਼ਣ ਹੁੰਦਾ ਇਸ ਲਈ? ਮੈਂ ਨਹੀਂ ਜਾਣਦਾ ਤੇਰੇ ਨਾਲ ਇਹਨਾਂ ਵਿੱਚੋਂ ਕਿਹੜਾ ਕਾਰਨ। ਵਿਆਹ ਤੋਂ ਬਾਅਦ ਤੂੰ ਉਸ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ? ਬਹੁਤ ਕੀਤੀ, ਪਰ ਮਨ ਉਸ ਵੱਲ ਹੀ ਭੱਜਦਾ। ਉਹ ਮੇਰੇ ਨਾਲ ਮੇਰੇ ਦਫ਼ਤਰ ਵਿੱਚ ਕੰਮ ਵੀ ਨਹੀਂ ਕਰਦਾ, ਕਿਤੇ ਹੋਰ ਕੰਮ ਕਰਦਾ। ਉਹ ਮੈਨੂੰ ਜ਼ਿਆਦਾ ਫੋਨ ਵੀ ਨਹੀਂ ਕਰਦਾ, ਪਰ ਜਦੋਂ ਉਸਦਾ ਫੋਨ ਨਹੀਂ ਆਉਂਦਾ ਤਾਂ ਮੈਂ ਬੇਚੈਨ ਹੋ ਜਾਂਦੀ ਹਾਂ। ਖੁਦ ਉਸਨੂੰ ਫੋਨ ਕਰਕੇ ਬੁਲਾਉਂਦੀ ਹਾਂ, ਮੈਂ ਕੀ ਕਰਾਂ? ਅਜੀਤ ਦੇ ਕੋਲ ਉਸਦੇ ਪ੍ਰਸ਼ਨ ਦਾ ਕੋਈ ਉੱਤਰ ਨਹੀਂ ਸੀ, ਪਰ ਉਹ ਚੰਗੀ ਤਰ੍ਹਾਂ ਸਮਝ ਗਿਆ ਸੀ ਕਿ ਰੂਹੀ ਦ੍ਰਿੜ ਇਰਾਦੇ ਵਾਲੀ ਲੜਕੀ ਨਹੀਂ ਹੈ। ਉਹ ਭਾਵੁਕ ਹੈ, ਨਾ ਸਮਝ ਹੈ, ਅਤੇ ਸਮੇਂ ਅਨੁਸਾਰ ਆਪਣੇ ਸਬਰ ਦਾ ਪ੍ਰਯੋਗ ਨਹੀਂ ਕਰ ਸਕਦੀ। ਉਹ ਹਾਲਾਤਾਂ ਦੀ ਗੁਲਾਮ ਹੈ। ਭਲਾ ਬੁਰਾ ਉਹ ਸਮਝਦੀ ਹੈ, ਪਰੰਤੂ ਬੁਰਾਈ ਤੋਂ ਦੂਰ ਰਹਿਣਾ ਨਹੀਂ ਚਾਹੁੰਦੀ। ਉਸਨੂੰ ਉਸੇ ਵਿੱਚ ਹੀ ਆਨੰਦ ਮਿਲ ਰਿਹਾ, ਭਲਾ ਹੀ ਉਹ ਨਾਜਾਇਜ਼ ਤਰੀਕੇ ਨਾਲ ਮਿਲ ਰਿਹਾ ਹੋਵੇ। ਅਜੀਤ ਨੇ ਕਾਫ਼ੀ ਸੋਚ ਵਿਚਾਰ ਕੀਤਾ। ਅਜਿਹੇ ਹਾਲਾਤਾਂ ਵਿੱਚ ਉਸਦੇ ਕੋਲ ਸਿਰਫ ਦੋ ਹੀ ਰਸਤੇ ਸੀ, ਰੂਹੀ ਨੂੰ ਪੂਰੀ ਤਰ੍ਹਾਂ ਆਜ਼ਾਦ ਕਰ ਦੇਵੇ ਤਾਂ ਕਿ ਉਹ ਆਪਣੇ ਢੰਗ ਨਾਲ ਆਪਣੀ ਜ਼ਿੰਦਗੀ ਗੁਜ਼ਾਰ ਸਕੇ, ਜਾਂ ਫਿਰ ਉਸਨੂੰ ਆਪਣੇ ਨਾਲ ਰੱਖ ਕੇ ਉਸਦਾ ਕਿਸੇ ਮਨੋਵਿਗਿਆਨਿਕ ਤੋਂ ਇਲਾਜ ਕਰਵਾਵੇ। ਇਹ ਸਥਿਤੀ ਉਸਦੇ ਲਈ ਕਾਫ਼ੀ ਔਖੀ ਹੁੰਦੀ। ਉਹ ਤਿਲ ਤਿਲ ਕੇ ਘੁੱਟਦਾ ਰਹਿੰਦਾ ਅਤੇ ਰੂਹੀ ਦਾ ਧੋਖਾ ਉਸਦੇ ਮਨ ਵਿੱਚ ਇੱਕ ਕੰਡੇ ਦੀ ਤਰ੍ਹਾਂ ਪੂਰਾ ਜੀਵਨ ਚੁੱਭਦਾ ਰਹਿੰਦਾ। ਫਿਰ ਵੀ ਰੂਹੀ ਨੂੰ ਸੁਧਰਨ ਦਾ ਮੌਕਾ ਦੇ ਕੇ ਉਹ ਮਹਾਨ ਬਣ ਸਕਦਾ ਸੀ। ਇੰਨਾ ਦਿਆਲੂ ਤਾਂ ਉਹ ਸੀ, ਪਰ ਸਭ ਕੁਝ ਕਰਨ ਤੋਂ ਬਾਅਦ ਵੀ ਜੇਕਰ ਉਹ ਠੀਕ ਨਹੀਂ ਹੋਈ ਤਾਂ ਫਿਰ ਉਹ ਆਪਣੇ ਆਪ ਨੂੰ ਕਿਸ ਤਰ੍ਹਾਂ ਸੰਭਾਲ ਸਕੇਗਾ? ਪਤਨੀ ਦੇ ਪਰਾਏ ਮਰਦ ਨਾਲ ਸੰਬੰਧ ਕਿੰਨੇ ਦੁਖਦਾਈ ਹੁੰਦੇ ਹਨ, ਇਹ ਕੇਵਲ ਡਾਕਟਰ ਅਜੀਤ ਹੀ ਸਮਝ ਰਿਹਾ ਸੀ। ਇਹ ਇੱਕ ਅਜਿਹੀ ਸਜ਼ਾ ਹੁੰਦੀ ਆ ਜੋ ਮਨੁੱਖ ਨੂੰ ਨਾ ਤਾਂ ਮਰਨ ਦਿੰਦੀ ਆ ਅਤੇ ਨਾ ਹੀ ਜਿਉਣ। ਅਜੀਤ ਨੇ ਪੁੱਛਿਆ, ਤੂੰ ਕੀ ਚਾਹੁੰਦੀ ਆ? ਸਭ ਕੁਝ ਮੈਂ ਤੇਰੇ ਉੱਪਰ ਛੱਡਦਾ ਹਾਂ। ਜੇਕਰ ਤੂੰ ਆਪਣੇ ਆਪ ਨੂੰ ਸੁਧਾਰ ਸਕੇ ਤਾਂ ਮੈਂ ਤੈਨੂੰ ਆਪਣੇ ਨਾਲ ਰੱਖਣ ਲਈ ਤਿਆਰ ਹਾਂ, ਜੇਕਰ ਨਹੀਂ ਤਾਂ ਤੂੰ ਮੇਰੇ ਵੱਲੋਂ ਪੂਰੀ ਤਰ੍ਹਾਂ ਆਜ਼ਾਦ ਹੈ, ਜੋ ਚਾਹੇ ਕਰ ਸਕਦੀ ਹੈ। ਅਜੀਤ ਆਪਣਾ ਫੈਸਲਾ ਸੁਣਾ ਕੇ ਥੋੜ੍ਹਾ ਦੂਰ ਹੋ ਕੇ ਬੈਠ ਗਿਆ ਤਾਂ ਜੋ ਰੂਹੀ ਨੂੰ ਕੁਝ ਸੋਚਣ ਦਾ ਵਕਤ ਮਿਲੇ। ਫਿਰ ਰੂਹੀ ਨੇ ਫੈਸਲਾ ਲੈਂਦੇ ਹੋਏ ਕਿਹਾ, ਮੈਂ ਕੋਸ਼ਿਸ਼ ਕਰਦੀ ਹਾਂ, ਹਾਲਾਂਕਿ ਤੁਹਾਡੇ ਨਾਲ ਰਿਸ਼ਤਾ ਤੈਅ ਹੋਣ ਤੋਂ ਬਾਅਦ ਵੀ ਮੈਂ ਬਹੁਤ ਕੋਸ਼ਿਸ਼ ਕੀਤੀ ਸੀ, ਅਤੇ ਤੁਹਾਡੇ ਨਾਲ ਵਿਆਹ ਤੋਂ ਬਾਅਦ ਵੀ ਮੈਂ ਉਸਦੇ ਨਾਲ ਆਪਣਾ ਰਿਸ਼ਤਾ ਤੋੜਨ ਲਈ ਜੱਦੋ ਜਹਿਦ ਕਰਦੀ ਆ ਰਹੀ ਹਾਂ। ਇਹੀ ਕਾਰਨ ਸੀ ਕਿ ਮੈਂ ਘਰ ਵਿੱਚ ਤੁਹਾਡੇ ਨਾਲ ਨੋਰਮਲ ਵਿਹਾਰ ਨਹੀਂ ਕਰ ਸਕੀ। ਦੇਖਦੀ ਹਾਂ ਸ਼ਾਇਦ ਮੈਂ ਉਸ ਤੋਂ ਛੁਟਕਾਰਾ ਪਾ ਸਕਾਂ। ਦੋਨਾਂ ਦਾ ਰਿਸ਼ਤਾ ਕੁਝ ਦਿਨ ਤੱਕ ਟੁੱਟਣ ਤੋਂ ਬਚ ਗਿਆ। ਰੂਹੀ ਨੇ ਆਪਣੇ ਦਫ਼ਤਰ ਤੋਂ ਲੰਬੀ ਛੁੱਟੀ ਲੈ ਲਈ ਤਾਂ ਕਿ ਉਹ ਉਸ ਵਿਅਕਤੀ ਤੋਂ ਦੂਰ ਰਹਿ ਸਕੇ। ਪਰ ਆਧੁਨਿਕ ਯੁੱਗ ਦੇ ਸੰਚਾਰ ਸਾਧਨਾਂ ਦੇ ਕਾਰਨ ਆਦਮੀ ਦੀ ਪ੍ਰਾਈਵੇਸੀ ਕਾਫ਼ੀ ਹੱਦ ਤੱਕ ਖਤਮ ਹੀ ਹੋ ਗਈ ਹੈ। ਰੂਹੀ ਨੇ ਕੋਸ਼ਿਸ਼ ਕੀਤੀ ਕਿ ਉਹ ਘਰ ਦੇ ਕੰਮਾਂ ਵਿੱਚ ਆਪਣੇ ਆਪ ਨੂੰ ਬਿਜ਼ੀ ਰੱਖੇ, ਟੀ ਵੀ ਦੇਖ ਕੇ ਆਪਣੇ ਮਨ ਨੂੰ ਇੱਧਰ ਉੱਧਰ ਭਟਕਣ ਤੋਂ ਰੋਕੇ ਅਤੇ ਕਿਤਾਬਾਂ ਪੜ੍ਹ ਕੇ ਸਮਾਂ ਗੁਜ਼ਾਰੇ। ਪਰ ਮੋਬਾਈਲ ਦੀ ਦੁਨੀਆ ਵਿੱਚ ਉਸਦੇ ਲਈ ਇਹ ਸਭ ਸੰਭਵ ਨਹੀਂ ਸੀ। ਉਸ ਵਿਅਕਤੀ ਦਾ ਪਹਿਲੀ ਵਾਰ ਫੋਨ ਆਇਆ ਤਾਂ ਉਸਨੇ ਨਹੀਂ ਚੱਕਿਆ, ਉਸਨੇ SMS ਕੀਤਾ ਤਾਂ ਵੀ ਧਿਆਨ ਨਹੀਂ ਦਿੱਤਾ। ਪਰ ਕਦੋਂ ਤੱਕ? ਲਗਾਤਾਰ ਕੋਈ ਫੋਨ ਕਰੇ, ਮੈਸੇਜ ਕਰੇ ਤਾਂ ਦੂਜਾ ਵਿਅਕਤੀ ਉਸ ਨਾਲ ਗੱਲ ਕਰਨ ਦੇ ਲਈ ਖਿੱਚਿਆ ਜਾਂਦਾ। ਉਸਨੇ ਗੱਲ ਕੀਤੀ ਤਾਂ ਉਧਰੋਂ ਆਵਾਜ਼ ਆਈ, ਕੀ ਗੱਲ ਹੈ, ਕੀ ਹੋਇਆ ਤੈਨੂੰ? ਨਾ ਤੂੰ ਫੋਨ ਚੱਕਦੀ ਆ, ਨਾ ਹੀ ਖੁਦ ਫੋਨ ਕਰਦੀ ਆ, ਕੋਈ ਜਵਾਬ ਨਹੀਂ, ਆਖਿਰ ਤੈਨੂੰ ਹੋ ਕੀ ਗਿਆ? ਉਸਦੇ ਅੰਦਾਜ਼ ਵਿੱਚ ਅਧਿਕਾਰ ਵਾਲਾ ਭਾਵ ਸੀ। ਦੇਖ ਕਰਨ, ਤੂੰ ਸਮਝਣ ਦੀ ਕੋਸ਼ਿਸ਼ ਕਿਉਂ ਨਹੀਂ ਕਰਦਾ? ਹੁਣ ਮੈਂ ਮੈਰਿਡ ਹਾਂ, ਮੇਰੇ ਲਈ ਹੁਣ ਇਸ ਰਿਲੇਸ਼ਨ ਨੂੰ ਅੱਗੇ ਕਾਇਮ ਰੱਖਣਾ ਸੰਭਵ ਨਹੀਂ ਹੈ। ਦੂਜੇ ਪਾਸੇ ਕੁਝ ਦੇਰ ਚੁੱਪ ਰਹੀ,
ਫਿਰ ਆਵਾਜ਼ ਆਈ, ਅੱਛਾ ਇੱਕ ਵਾਰ ਮਿਲ ਫਿਰ ਮੈਂ ਸੋਚਾਂਗਾ। ਪੱਕਾ ਤੂੰ ਮੇਰਾ ਪਿੱਛਾ ਛੱਡ ਦੇਵੇਂਗਾ? ਰੂਹੀ ਚਹਿਕਦਿਆਂ ਕਹਿਣ ਲੱਗੀ। ਹਾਂ, ਉਧਰੋਂ ਵੀ ਪ੍ਰਸੰਨਤਾ ਭਰੀ ਆਵਾਜ਼ ਆਈ, ਮੈਂ ਤੈਨੂੰ ਇਸੇ ਤਰ੍ਹਾਂ ਚਹਿਕਦੇ ਹੋਏ ਦੇਖਣਾ ਚਾਹੁੰਦਾ ਹਾਂ। ਦਿਨ ਦਾ ਸਮਾਂ ਸੀ, ਅਜੀਤ ਆਪਣੇ ਹਸਪਤਾਲ ਵਿੱਚ ਸੀ, ਰੂਹੀ ਦੇ ਕੋਲ ਕਾਫੀ ਸਮਾਂ ਸੀ, ਇਸ ਕਰਕੇ ਉਹ ਵਧੀਆ ਤਿਆਰ ਹੋ ਕੇ ਗਈ। ਪਰ ਜਦੋਂ ਉਸ ਵਿਅਕਤੀ ਨੂੰ ਮਿਲ ਕੇ ਵਾਪਸ ਆਈ ਤਾਂ ਉਹ ਖੁਸ਼ ਨਹੀਂ ਸੀ, ਉਹ ਅੰਦਰੋਂ ਟੁੱਟ ਚੁੱਕੀ ਸੀ, ਰੋ ਰਹੀ ਸੀ, ਪਰੰਤੂ ਉਸਦਾ ਰੋਣਾ ਕਿਸੇ ਨੂੰ ਦਿਖਾਈ ਨਹੀਂ ਸੀ ਦੇ ਰਿਹਾ। ਰਾਤ ਨੂੰ ਅਜੀਤ ਨੂੰ ਬਿਨਾਂ ਦੱਸੇ ਹੀ ਪਤਾ ਲੱਗ ਗਿਆ ਸੀ ਕਿ ਰੂਹੀ ਦੇ ਨਾਲ ਦਿਨ ਵਿੱਚ ਬਹੁਤ ਕੁਝ ਵਾਪਰ ਚੁੱਕਿਆ। ਉਹ ਸ਼ੋਕ ਵਰਗੀ ਹਾਲਤ ਵਿੱਚ ਸੀ। ਉਸਨੇ ਪੁੱਛਿਆ, ਤੂੰ ਉਸਦੇ ਕੋਲ ਗਈ ਸੀ? ਰੂਹੀ ਖੁਦ ਨੂੰ ਨਾ ਰੋਕ ਸਕੀ ਅਤੇ ਸਿਸਕੀਆਂ ਲੈ ਕੇ ਰੋਣ ਲੱਗੀ। ਤੁਸੀਂ ਜੋ ਚਾਹੇ ਮੈਨੂੰ ਸਜ਼ਾ ਦਿਓ, ਮੈਂ ਤੁਹਾਡੀ ਗੁਨਾਹਗਾਰ ਹਾਂ, ਪਰ ਸੱਚ ਇਹ ਹੈ ਕਿ ਮੈਂ ਉਸਨੂੰ ਨਹੀਂ ਛੱਡ ਸਕਦੀ, ਨਾ ਹੀ ਉਹ ਮੈਨੂੰ ਛੱਡ ਸਕਦਾ। ਤਾਂ ਫਿਰ ਤੂੰ ਮੈਨੂੰ ਛੱਡ ਦੇ, ਅਜੀਤ ਨੇ ਆਖਰੀ ਫੈਸਲਾ ਲੈਂਦੇ ਹੋਏ ਕਿਹਾ। ਰੂਹੀ ਨੇ ਕੋਈ ਉੱਤਰ ਨਹੀਂ ਦਿੱਤਾ, ਬਸ ਭਿੱਜੀਆਂ ਅੱਖਾਂ ਨਾਲ ਅਜੀਤ ਦੇ ਚਿਹਰੇ ਨੂੰ ਦੇਖਦੀ ਰਹੀ। ਅਜੀਤ ਸਮਝ ਹੀ ਨਹੀਂ ਸੀ ਸਕਿਆ ਕਿ ਰੂਹੀ ਕਿਸ ਤਰ੍ਹਾਂ ਦੀ ਔਰਤ ਹੈ ਅਤੇ ਉਸਦੇ ਮਨ ਵਿੱਚ ਕੀ ਹੈ, ਕਿਉਂ ਉਹ ਜਾਣ ਬੁੱਝ ਕੇ ਅੱਗ ਵਿੱਚ ਛਾਲ ਮਾਰ ਰਹੀ ਹੈ। ਕੀ ਕੋਈ ਇਸ ਤਰ੍ਹਾਂ ਆਪਣੀ ਜ਼ਿੰਦਗੀ ਨੂੰ ਬਰਬਾਦ ਕਰਦਾ? ਠੀਕ ਹੈ, ਅਖੀਰ ਵਿੱਚ ਰੂਹੀ ਨੇ ਕਿਹਾ। ਉਸਦੀ ਆਵਾਜ਼ ਵਿੱਚ ਕੋਈ ਪਛਤਾਵਾ ਨਹੀਂ ਸੀ। ਉਸਨੇ ਖੁਦ ਨੂੰ ਅਜੀਤ ਤੋਂ ਵੱਖ ਕਰਨ ਦਾ ਫੈਸਲਾ ਲੈ ਲਿਆ, ਪਰ ਉਸਨੂੰ ਉਮੀਦ ਨਹੀਂ ਸੀ ਕਿ ਅਜੀਤ ਇੰਨੀ ਆਸਾਨੀ ਨਾਲ ਉਸਨੂੰ ਛੱਡਣ ਲਈ ਮੰਨ ਜਾਵੇਗਾ। ਉਹਨਾਂ ਦੋਨਾਂ ਨੇ ਆਪਸ ਵਿੱਚ ਸਲਾਹ ਕੀਤੀ ਅਤੇ ਆਪਣੇ ਮਾਂ ਬਾਪ ਅਤੇ ਖਾਸ ਰਿਸ਼ਤੇਦਾਰਾਂ ਦੀ ਮੌਜੂਦਗੀ ਵਿੱਚ ਬਿਨਾਂ ਅਸਲੀ ਕਾਰਨ ਦੱਸੇ ਤਲਾਕ ਦੀ ਸਹਿਮਤੀ 'ਤੇ ਮੋਹਰ ਲਗਾ ਦਿੱਤੀ। ਰੂਹੀ ਤੋਂ ਅਲੱਗ ਹੋਣ ਤੋਂ ਬਾਅਦ ਅਜੀਤ ਟੁੱਟਿਆ ਨਹੀਂ, ਪਰ ਜ਼ਹਿਰ ਦਾ ਇੱਕ ਲੰਬਾ ਕੌੜਾ ਘੁੱਟ ਅੰਦਰ ਹੀ ਅੰਦਰ ਉਸਨੇ ਪੀ ਲਿਆ ਸੀ। ਰੂਹੀ ਦੇ ਜ਼ਹਿਰ ਨੂੰ ਤਾਂ ਉਹ ਪੀ ਗਿਆ, ਪਰ ਉਸਦਾ ਅਸਰ ਉਸਦੇ ਦਿਲ ਦਿਮਾਗ 'ਤੇ ਹਜੇ ਤੱਕ ਛਾਇਆ ਹੋਇਆ ਸੀ। ਬਹੁਤ ਕੋਸ਼ਿਸ਼ ਕੀਤੀ ਉਸ ਵਿੱਚੋਂ ਬਾਹਰ ਨਿਕਲਣ ਦੀ, ਪਰ ਇਹ ਨਾ ਕਰ ਸਕਿਆ। ਉਹ ਦਿੱਲੀ ਦੀ ਨੌਕਰੀ ਛੱਡ ਕੇ ਮੁੰਬਈ ਚਲਾ ਗਿਆ। ਕੁਝ ਦਿਨ ਤੱਕ ਘਰੇ ਬਿਨਾਂ ਕਿਸੇ ਕੰਮ ਤੋਂ ਬੈਠਾ ਰਿਹਾ। ਮਾਤਾ ਪਿਤਾ ਨੇ ਵੀ ਉਸਨੂੰ ਕੁਝ ਕੰਮ ਕਰਨ ਦੀ ਸਲਾਹ ਨਹੀਂ ਦਿੱਤੀ, ਪਰੰਤੂ ਕੋਈ ਵੀ ਵਿਅਕਤੀ ਵਿਹਲਾ ਰਹਿ ਕੇ ਜ਼ਿੰਦਗੀ ਨਹੀਂ ਗੁਜ਼ਾਰ ਸਕਦਾ, ਚਾਹੇ ਕਿੰਨੇ ਹੀ ਸੁੱਖ ਸਾਧਨ ਜਾਂ ਧਨ ਸੰਪੱਤੀ ਕਿਉਂ ਨਾ ਹੋਵੇ। ਵਿਹਲਾਪਣ ਮਨੁੱਖ ਨੂੰ ਬਿਮਾਰ ਬਣਾ ਦਿੰਦਾ। ਅਜੀਤ ਕੁਝ ਨੋਰਮਲ ਹੋਇਆ ਤਾਂ ਮਾਤਾ ਪਿਤਾ ਦੀ ਸਲਾਹ 'ਤੇ ਆਪਣਾ ਇੱਕ ਕਲੀਨਿਕ ਖੋਲ੍ਹ ਲਿਆ। ਕਲੀਨਿਕ ਵਧੀਆ ਚੱਲ ਪਿਆ, ਤਾਂ ਫਿਰ ਦੂਸਰੇ ਵਿਆਹ ਦੇ ਲਈ ਮਾਂ ਬਾਪ ਜ਼ੋਰ ਦੇਣ ਲੱਗੇ। ਉਹ ਦੂਸਰੀ ਵਾਰ ਜ਼ਹਿਰ ਪੀਣ ਦੇ ਲਈ ਤਿਆਰ ਨਹੀਂ ਸੀ, ਪਰੰਤੂ ਮਾਂ ਬਾਪ ਨੇ ਉਸਨੂੰ ਦੁਨੀਆ ਦਾ ਚੰਗਾ ਬੁਰਾ ਸਮਝਾਇਆ ਕਿ ਸਮਾਜ ਵਿੱਚ ਰਹਿੰਦੇ ਹੋਏ ਇਨਸਾਨ ਇਕੱਲਾ ਨਹੀਂ ਰਹਿ ਸਕਦਾ, ਦਰਖਤ ਕੇਵਲ ਤਣੇ ਦੇ ਸਹਾਰੇ ਨਹੀਂ ਜਿਉਂ ਸਕਦਾ, ਉਸਨੂੰ ਸਹਾਰੇ ਦੇ ਲਈ ਚਾਰੇ ਪਾਸੇ ਫੈਲੀਆਂ ਟਾਹਣੀਆਂ, ਪੱਤੇ, ਫੁੱਲ ਚਾਹੀਦੇ ਹਨ। ਉਸੇ ਤਰ੍ਹਾਂ ਮਨੁੱਖ ਦਾ ਜੀਵਨ ਹੈ, ਉਸਨੂੰ ਆਪਣੇ ਜੀਵਨ ਵਿੱਚ ਖੁਸ਼ੀਆਂ ਦੇ ਲਈ ਆਮਦਨ ਦੇ ਨਾਲ ਨਾਲ ਪਰਿਵਾਰ ਵੀ ਚਾਹੀਦਾ, ਜਿਸ ਵਿੱਚ ਪਤਨੀ ਦੇ ਨਾਲ ਨਾਲ ਹੱਸਦੇ ਖੇਡਦੇ ਬੱਚੇ ਵੀ ਚਾਹੀਦੇ ਹਨ। ਸੰਸਾਰ ਵਿੱਚ ਸਾਰੇ ਜੀਵ ਜੰਤੂਆਂ ਦਾ ਇਹੀ ਜੀਵਨ ਚੱਕਰ ਹੈ। ਅਜੀਤ ਸੁਭਾਅ ਤੋਂ ਗੁੰਝਲਦਾਰ ਨਹੀਂ ਸੀ, ਜੀਵਨ ਨੂੰ ਸਰਲ ਅਤੇ ਸਹਿਜ ਭਾਵਨਾ ਨਾਲ ਜਿਉਣਾ ਜਾਣਦਾ ਸੀ। ਮਾਤਾ ਪਿਤਾ ਦੀ ਸਲਾਹ 'ਤੇ ਉਸਨੇ ਦੁਬਾਰਾ ਵਿਆਹ ਕਰ ਲਿਆ। ਇਸ ਵਾਰ ਇਹਨਾਂ ਧਿਆਨ ਰੱਖਿਆ ਕਿ ਕੁੜੀ ਨੌਕਰੀ ਪੇਸ਼ਾ ਨਾ ਹੋਵੇ, ਬਸ ਪੜ੍ਹੀ ਲਿਖੀ ਹੋਵੇ। ਅਵਨੀ ਉਸ ਸਮੇਂ ਮਾਸਟਰਸ ਕਰ ਰਹੀ ਸੀ ਜਦੋਂ ਅਜੀਤ ਦੇ ਲਈ ਉਸਦੇ ਰਿਸ਼ਤੇ ਦੀ ਦੱਸ ਕਿਸੇ ਰਿਸ਼ਤੇਦਾਰ ਦੇ ਰਾਹੀਂ ਪਹੁੰਚੀ ਸੀ। ਅਵਨੀ ਨੂੰ ਅਜੀਤ ਦੇ ਨਾਲ ਰਿਸ਼ਤੇ ਵਿੱਚ ਕੋਈ ਇਤਰਾਜ਼ ਨਹੀਂ ਸੀ, ਬਸ ਉਹ ਚਾਹੁੰਦੀ ਸੀ ਕਿ ਕਦੇ ਜ਼ਰੂਰਤ ਪਵੇ ਤਾਂ ਉਸਨੂੰ ਨੌਕਰੀ ਕਰਨ ਤੋਂ ਮਨ੍ਹਾ ਨਾ ਕੀਤਾ ਜਾਵੇ। ਇਹ ਕੋਈ ਬਹੁਤ ਵੱਡਾ ਮੁੱਦਾ ਨਹੀਂ ਸੀ। ਜ਼ਰੂਰਤ ਪੈਣ 'ਤੇ ਪਤੀ ਪਤਨੀ ਇੱਕ ਦੂਸਰੇ ਦਾ ਸਾਥ ਦਿੰਦੇ ਹਨ
ਅਤੇ ਪਰਿਵਾਰਕ ਜ਼ਿੰਮੇਵਾਰੀਆਂ ਦੇ ਨਾਲ ਨਾਲ ਆਰਥਿਕ ਜ਼ਿੰਮੇਵਾਰੀ ਵੀ ਚੱਕ ਸਕਦੇ ਹਨ। ਅੱਜ ਅਜੀਤ ਆਪਣੀ ਪਤਨੀ ਅਤੇ ਇੱਕ ਪੁੱਤਰ ਦੇ ਨਾਲ ਖੁਸ਼ ਹੈ। ਬੇਟਾ ਲਗਭਗ 5 ਸਾਲ ਦਾ ਹੈ ਅਤੇ ਸਕੂਲ ਜਾਣ ਲੱਗਾ। ਅਵਨੀ ਪਰਿਵਾਰ ਅਤੇ ਬੱਚੇ ਦੀ ਜ਼ਿੰਮੇਵਾਰੀ ਬਹੁਤ ਇਮਾਨਦਾਰੀ ਨਾਲ ਨਿਭਾ ਰਹੀ ਹੈ। ਅਜੀਤ ਦੇ ਮਾਂ ਬਾਪ ਮੁੰਬਈ ਵਿੱਚ ਹੀ ਆਪਣੇ ਜੱਦੀ ਮਕਾਨ ਵਿੱਚ ਅਲੱਗ ਰਹਿੰਦੇ ਹਨ, ਜਦਕਿ ਅਜੀਤ ਆਪਣੀ ਪਤਨੀ ਅਤੇ ਬੱਚੇ ਦੇ ਨਾਲ ਆਪਣੇ ਬਣਾਏ ਮਕਾਨ ਵਿੱਚ ਰਹਿੰਦਾ। ਉਹ ਸਾਰੇ ਇਕੱਠੇ ਰਹਿ ਸਕਦੇ ਸੀ ਅਤੇ ਇਸ ਵਿੱਚ ਕਿਸੇ ਨੂੰ ਕੋਈ ਇਤਰਾਜ਼ ਵੀ ਨਹੀਂ ਸੀ। ਪਰ ਅਜੀਤ ਦੇ ਮੰਮੀ ਪਾਪਾ ਚਾਹੁੰਦੇ ਸੀ ਕਿ ਵੱਡੇ ਹੋ ਕੇ ਬੱਚੇ ਆਪਣੇ ਢੰਗ ਨਾਲ ਜ਼ਿੰਦਗੀ ਗੁਜ਼ਾਰਨ, ਤਾਂ ਕਿ ਉਹਨਾਂ ਵਿੱਚ ਆਤਮ ਵਿਸ਼ਵਾਸ ਅਤੇ ਜੀਵਨ ਦੇ ਪ੍ਰਤੀ ਉਹ ਆਸ਼ਾਵਾਦੀ ਰਹਿਣ। ਪਰ ਕਿਸੇ ਮੁਸੀਬਤ ਦੇ ਸਮੇਂ ਵਿੱਚ ਸਭ ਇਕੱਠੇ ਹੋ ਜਾਂਦੇ। ਅਵਨੀ ਦੇ ਨਾਲ 8 ਸਾਲ ਦਾ ਉਸਦਾ ਗ੍ਰਹਿਸਥ ਜੀਵਨ ਬਹੁਤ ਵਧੀਆ ਚੱਲ ਰਿਹਾ ਸੀ, ਕਦੇ ਵੀ ਕੜਵਾਹਟ ਨਹੀਂ ਆਈ। ਅਵਨੀ ਨਾਲ ਵਿਆਹ ਤੋਂ 2 ਸਾਲ ਪਹਿਲਾਂ ਉਸਨੇ ਜੋ ਜ਼ਹਿਰ ਪੀਤਾ ਸੀ ਉਸਦਾ ਅਸਰ ਹੌਲੀ ਹੌਲੀ ਘੱਟ ਹੋ ਗਿਆ ਸੀ। ਪਰ ਅੱਜ 10 ਸਾਲ ਬਾਅਦ ਜਦੋਂ ਉਹ ਆਪਣੇ ਸੁਖਮਈ ਜੀਵਨ ਵਿੱਚ ਪਤਨੀ ਅਤੇ ਪੁੱਤਰ ਦੇ ਨਾਲ ਖੁਸ਼ ਸੀ ਕਿ ਅਚਾਨਕ ਉਹ ਜ਼ਹਿਰ ਦੀ ਸ਼ੀਸ਼ੀ ਫਿਰ ਉਸਦੇ ਹੱਥ ਵਿੱਚ ਆ ਗਈ ਸੀ। ਰੂਹੀ ਅੱਜ ਉਸਨੂੰ ਮਿਲਣ ਆਈ ਸੀ, ਪਰ ਕਿਉਂ? ਉਹ ਉਸ ਕੋਲੋਂ ਕੀ ਚਾਹੁੰਦੀ ਆ? ਉਹਨਾਂ ਦਾ ਹੁਣ ਇੱਕ ਦੂਸਰੇ ਨਾਲ ਕੀ ਸੰਬੰਧ ਹੈ? ਅਜਿਹਾ ਕਿਹੜਾ ਕਾਰਨ ਹੈ ਕਿ ਉਸਨੇ ਅਜੀਤ ਤੱਕ ਪਹੁੰਚਣ ਦੀ ਹਿੰਮਤ ਇਕੱਠੀ ਕਰ ਲਈ? ਕੋਈ ਨਾ ਕੋਈ ਖਾਸ ਗੱਲ ਜ਼ਰੂਰ ਹੋਵੇਗੀ। ਜਦੋਂ ਤੱਕ ਰੂਹੀ ਦੇ ਮਨ ਨੂੰ ਉਹ ਦੁਬਾਰਾ ਨਹੀਂ ਪੜ੍ਹ ਲਵੇਗਾ, ਉਸਦੇ ਮਨ ਵਿੱਚ ਉੱਠਣ ਵਾਲੇ ਸਵਾਲਾਂ ਦਾ ਜਵਾਬ ਨਹੀਂ ਮਿਲ ਸਕੇਗਾ। ਉਹ ਚਾਹੁੰਦਾ ਤਾਂ ਰੂਹੀ ਨਾਲ ਮਿਲਣ ਲਈ ਸਾਫ਼ ਸਾਫ਼ ਮਨ੍ਹਾ ਕਰ ਦਿੰਦਾ, ਪਰ ਉਹ ਇੰਨਾ ਕੋਮਲ ਮਨ ਦਾ ਵਿਅਕਤੀ ਹੈ ਕਿ ਆਪਣੇ ਕਾਤਲ ਦਾ ਵੀ ਦਿਲ ਨਹੀਂ ਦੁਖਾ ਸਕਦਾ। ਉਹ ਸਾਫ਼ ਮਨ ਨਾਲ ਰੂਹੀ ਨੂੰ ਮਿਲਣ ਲਈ ਤਿਆਰ ਸੀ। ਉਸਦੀ ਗੱਲ ਸੁਣਨਾ ਚਾਹੁੰਦਾ ਸੀ ਅਤੇ ਜਾਣਨਾ ਚਾਹੁੰਦਾ ਸੀ ਕਿ ਉਹ ਉਸ ਕੋਲੋਂ ਕੀ ਚਾਹੁੰਦੀ ਹੈ। ਸ਼ਾਮ ਨੂੰ 6 ਵਜੇ ਜਦੋਂ ਅਜੀਤ ਆਪਣੇ ਕਲੀਨਿਕ ਪਹੁੰਚਿਆ ਤਾਂ ਰੂਹੀ ਉੱਥੇ ਪਹਿਲਾਂ ਹੀ ਮੌਜੂਦ ਸੀ। ਉਸਨੂੰ ਦੇਖਦੇ ਹੀ ਉਸਦੇ ਚਿਹਰੇ 'ਤੇ ਇੱਕ ਅਨੋਖੀ ਚਮਕ ਆ ਗਈ। ਉਹ ਵੀ ਹਲਕਾ ਜਿਹਾ ਮੁਸਕਰਾਇਆ ਅਤੇ ਆਪਣੇ ਕੈਬਿਨ ਵਿੱਚ ਚਲਾ ਗਿਆ। ਪਿੱਛੇ ਪਿੱਛੇ ਰੂਹੀ ਨੂੰ ਆਉਣ ਦਾ ਇਸ਼ਾਰਾ ਕੀਤਾ। ਉਹ ਆਪਣੀ ਕੁਰਸੀ 'ਤੇ ਬੈਠ ਗਿਆ ਤਾਂ ਰੂਹੀ ਵੀ ਬਿਨਾਂ ਕਿਸੇ ਤਕਲੀਫ ਦੇ ਉਸਦੇ ਸਾਹਮਣੇ ਵਾਲੀ ਕੁਰਸੀ 'ਤੇ ਬੈਠ ਗਈ। ਇਸ ਸਮੇਂ ਉਸਦੇ ਚਿਹਰੇ 'ਤੇ ਉਦਾਸੀ ਦਾ ਕੋਈ ਨਾਮੋ ਨਿਸ਼ਾਨ ਨਹੀਂ ਸੀ। ਉਹ ਪੂਰਾ ਬਣ ਠਣ ਕੇ ਆਈ ਸੀ ਅਤੇ ਸੋਹਣੀ ਲੱਗ ਰਹੀ ਸੀ। ਉਸਦੀਆਂ ਚਮਕਦੀਆਂ ਅੱਖਾਂ ਵਿੱਚ ਇੱਕ ਪਿਆਸ ਜਿਹੀ ਜਾਗ ਪਈ ਸੀ। ਇਹ ਕਿਹੋ ਜਿਹੀ ਪਿਆਸ ਸੀ? ਡਾਕਟਰ ਅਜੀਤ ਸਮਝ ਨਾ ਸਕਿਆ। ਉਹ ਸਮਝਣਾ ਵੀ ਨਹੀਂ ਸੀ ਚਾਹੁੰਦਾ, ਇਸ ਲਈ ਉਸਨੇ ਉਸਦੇ ਚਿਹਰੇ ਤੋਂ ਨਜ਼ਰਾਂ ਹਟਾ ਕੇ ਪੁੱਛਿਆ, ਹਾਂ ਦੱਸ ਕਿਵੇਂ ਆ? ਰੂਹੀ ਨੇ ਇੱਕ ਠੰਡਾ ਸਾਹ ਲਿਆ ਅਤੇ ਫਿਰ ਇੱਕ ਕਸ਼ਿਸ਼ ਭਰੀ ਆਵਾਜ਼ ਨਾਲ ਕਹਿਣ ਲੱਗੀ, ਅਜੇ ਵੀ ਤੁਹਾਨੂੰ ਮੇਰੀ ਚਿੰਤਾ ਹੈ? ਰੂਹੀ ਦਾ ਇਹ ਪ੍ਰਸ਼ਨ ਬੇਕਾਰ ਸੀ। ਉਸਨੇ ਪੁੱਛਿਆ, ਤੈਨੂੰ ਮੇਰਾ ਪਤਾ ਕਿੱਥੋਂ ਮਿਲਿਆ? ਹੁਣ ਉਹ ਬਿਨਾਂ ਕਿਸੇ ਫੋਰਮੈਲਿਟੀ ਤੋਂ ਗੱਲ ਕਰ ਰਿਹਾ ਸੀ ਅਤੇ ਰੂਹੀ ਨੂੰ ਤੂੰ ਕਹਿ ਕੇ ਬੁਲਾਉਣ ਲੱਗ ਗਿਆ ਸੀ। ਅੱਜ ਦੇ ਜ਼ਮਾਨੇ ਵਿੱਚ ਇਹ ਕੋਈ ਮੁਸ਼ਕਲ ਕੰਮ ਨਹੀਂ ਹੈ। ਲਗਭਗ ਹਰ ਪੜ੍ਹਿਆ ਲਿਖਿਆ ਵਿਅਕਤੀ ਸੋਸ਼ਲ ਮੀਡੀਆ ਵਿੱਚ ਵੜਿਆ ਹੋਇਆ। ਫੇਸਬੁੱਕ ਤੋਂ ਤੁਹਾਡਾ ਪਤਾ ਮਿਲਿਆ ਤਾਂ ਫਿਰ? ਅੱਛਾ ਦੱਸ, ਕਿਉਂ ਮਿਲਣਾ ਚਾਹੁੰਦੀ ਸੀ? ਉਸਨੇ ਬਿਨਾਂ ਕਿਸੇ ਲੋਕਲ ਪੇੜ ਤੋਂ ਪੁੱਛਿਆ। ਰੂਹੀ ਨੇ ਆਪਣੀਆਂ ਅੱਖਾਂ ਝੁਕਾ ਕੇ ਕਿਹਾ, ਤੁਸੀਂ ਗਲਤ ਨਾ ਸਮਝ ਲੈਣਾ, ਪਰ ਮੇਰੇ ਕੋਲ ਹੋਰ ਕੋਈ ਚਾਰਾ ਨਹੀਂ ਸੀ। ਮੈਂ ਅੱਜ ਇਹ ਸਮਝ ਲਿਆ ਸੀ ਕਿ ਜੋ ਵਿਅਕਤੀ ਆਪਣੀ ਜਵਾਨੀ ਵਿੱਚ ਨਾਜਾਇਜ਼ ਕੰਮ ਕਰਦਾ ਸਮਾਜ ਦੇ ਨਿਯਮਾਂ ਦੇ ਉਲਟ ਚੱਲਦਾ, ਪਰਿਵਾਰ ਅਤੇ ਗ੍ਰਹਿਸਥ ਜੀਵਨ ਨੂੰ ਇਮਾਨਦਾਰੀ ਨਾਲ ਨਹੀਂ ਚਲਾਉਂਦਾ, ਉਹ ਇੱਕ ਨਾ ਇੱਕ ਦਿਨ ਜ਼ਰੂਰ ਬਹੁਤ ਜ਼ਿਆਦਾ ਕਸ਼ਟ ਭੋਗਦਾ। ਆਪਣੀ ਜਵਾਨੀ ਦੇ ਨਸ਼ੇ ਵਿੱਚ ਚੂਰ ਮੈਂ ਜਿਸ ਨੂੰ ਸੋਨਾ ਸਮਝਦੀ ਰਹੀ, ਉਹ ਤਾਂ ਮਿੱਟੀ ਦਾ ਢੇਰ ਨਿਕਲਿਆ, ਜਿਸ ਦੇ ਲਈ ਮੈਂ ਤੁਹਾਨੂੰ, ਤੁਹਾਡੇ ਮੰਮੀ ਪਾਪਾ, ਸਾਰੇ ਰਿਸ਼ਤਿਆਂ ਨੂੰ ਠੁਕਰਾ ਦਿੱਤਾ। ਉਹੀ ਇੱਕ ਦਿਨ ਮੈਨੂੰ ਠੋਕਰ ਮਾਰ ਕੇ ਚਲਾ ਗਿਆ।
ਕਿਉਂ ਗਿਆ ਇਹ ਕਹਿਣਾ ਬੇਕਾਰ ਹੈ। ਇਸ ਸੰਸਾਰ ਵਿੱਚ ਜਿਨ੍ਹਾਂ ਰਿਸ਼ਤਿਆਂ ਦਾ ਕੋਈ ਆਧਾਰ ਨਹੀਂ ਹੁੰਦਾ ਉਹ ਬਹੁਤ ਜਲਦੀ ਟੁੱਟ ਜਾਂਦੇ ਹਨ। ਉਹ ਮੇਰੇ ਤੋਂ ਅਲੱਗ ਹੋਣ ਦੇ ਹਜ਼ਾਰ ਬਹਾਨੇ ਘੜਨ ਲੱਗਾ ਅਤੇ ਇੱਕ ਦਿਨ ਅਜਿਹਾ ਆਇਆ ਕਿ ਉਸਨੇ ਸਾਫ਼ ਸਾਫ਼ ਕਹਿ ਦਿੱਤਾ ਕਿ ਉਹ ਮੇਰੇ ਨਾਲ ਕੋਈ ਸੰਬੰਧ ਨਹੀਂ ਰੱਖਣਾ ਚਾਹੁੰਦਾ। ਅੱਜ ਮੇਰੇ ਕੋਲ ਨੌਕਰੀ ਨਹੀਂ ਹੈ, ਪੈਸਾ ਨਹੀਂ ਹੈ, ਉਸ ਦੇ ਚੱਕਰ ਵਿੱਚ ਮੈਂ ਸਭ ਕੁਝ ਗੁਆ ਬੈਠੀ। ਦੱਸੋ ਹੁਣ ਮੈਂ ਕਿੱਥੇ ਜਾਂਦੀ? ਅਜੀਤ ਨੇ ਉਸ ਦੇ ਪਿਛਲੇ ਜੀਵਨ ਬਾਰੇ ਕੁਝ ਨਹੀਂ ਸੀ ਪੁੱਛਿਆ, ਨਾ ਹੀ ਉਹ ਪੁੱਛਣਾ ਚਾਹੁੰਦਾ ਸੀ। ਰੂਹੀ ਦੇ ਜੀਵਨ ਨਾਲ ਉਸਨੂੰ ਕੋਈ ਲੈਣਾ ਦੇਣਾ ਨਹੀਂ ਸੀ। ਉਹ ਉਸਦੀ ਕੀ ਲੱਗਦੀ ਸੀ? ਕੁਝ ਵੀ ਤਾਂ ਨਹੀਂ। ਬਸ ਦੇਖਿਆ ਜਾਵੇ ਤਾਂ ਉਹਨਾਂ ਦੇ ਵਿਚਕਾਰ ਇਨਸਾਨੀਅਤ ਦੇ ਇਲਾਵਾ ਹੋਰ ਕੋਈ ਰਿਸ਼ਤਾ ਨਹੀਂ ਸੀ। ਰੂਹੀ ਆਪਣੇ ਅਤੀਤ ਦੇ ਬਾਰੇ ਵਿੱਚ ਖੁਦ ਦੱਸ ਰਹੀ ਸੀ, ਇਹ ਉਸਦੀ ਹੀ ਇੱਛਾ ਸੀ। ਉਸਨੇ ਚੁੱਪ ਚਾਪ ਸੁਣ ਲਿਆ, ਕੋਈ ਟਿੱਪਣੀ ਨਹੀਂ ਕੀਤੀ। ਰੂਹੀ ਨੂੰ ਠੋਕਰ ਲੱਗਣ ਤੋਂ ਬਾਅਦ ਜੇਕਰ ਅਕਲ ਆਈ ਹੈ ਤਾਂ ਇਸ ਦਾ ਹੁਣ ਕੋਈ ਮਤਲਬ ਨਹੀਂ ਹੈ। ਇੱਕ ਵਾਰ ਰਿਸ਼ਤੇ ਵਿਗੜ ਜਾਂਦੇ ਹਨ ਤਾਂ ਦੁਬਾਰਾ ਨਹੀਂ ਬਣਦੇ, ਜੇਕਰ ਬਣਦੇ ਵੀ ਹਨ ਤਾਂ ਕੋਈ ਨਾ ਕੋਈ ਗੰਢ ਉਹਨਾਂ ਦੇ ਵਿਚਕਾਰ ਬਣ ਜਾਂਦੀ ਹੈ ਜੋ ਲਗਾਤਾਰ ਰੜਕਦੀ ਰਹਿੰਦੀ ਹੈ। ਕੀ ਰੂਹੀ ਉਸਦੇ ਕੋਲ ਪੁਰਾਣੇ ਰਿਸ਼ਤਿਆਂ ਨੂੰ ਜੋੜਨ ਆਈ ਸੀ ਜਾਂ ਠੋਕਰ ਖਾ ਕੇ ਹਮਦਰਦੀ ਹਾਸਲ ਕਰਨ ਲਈ? ਉਸਦੀ ਹਮਦਰਦੀ ਹਾਸਲ ਕਰਕੇ ਉਹ ਕੀ ਕਰਨਾ ਚਾਹੁੰਦੀ ਹੈ? ਉਸਨੇ ਕੋਈ ਪ੍ਰਸ਼ਨ ਨਾ ਕੀਤਾ। ਬਸ ਰੂਹੀ ਖੁਦ ਹੀ ਦੱਸਦੀ ਰਹੀ ਆਪਣੀਆਂ ਪਰੇਸ਼ਾਨੀਆਂ ਦੇ ਬਾਰੇ। ਮੈਂ ਬਹੁਤ ਜ਼ਿਆਦਾ ਦੱਸ ਕੇ ਤੁਹਾਨੂੰ ਹੋਰ ਪਰੇਸ਼ਾਨ ਨਹੀਂ ਕਰਨਾ ਚਾਹੁੰਦੀ, ਬਸ ਇੰਨਾ ਕਹਿਣ ਲਈ ਆਈ ਹਾਂ ਕਿ ਹੁਣ ਮੈਂ ਇਸ ਪੂਰੇ ਸੰਸਾਰ ਵਿੱਚ ਇਕੱਲੀ ਹਾਂ। ਮੰਮੀ ਪਾਪਾ ਨੇ ਤਾਂ ਉਦੋਂ ਹੀ ਮੇਰੇ ਨਾਲੋਂ ਨਾਤਾ ਤੋੜ ਲਿਆ ਸੀ ਜਦ ਮੇਰਾ ਤਲਾਕ ਹੋਇਆ ਸੀ। ਸਕੇ ਸੰਬੰਧੀ ਰਿਸ਼ਤੇਦਾਰ ਮੈਨੂੰ ਦੇਖਣਾ ਹੀ ਨਹੀਂ ਚਾਹੁੰਦੇ, ਸਹੇਲੀਆਂ ਵੀ ਅਲੱਗ ਹੋ ਗਈਆਂ ਹਨ ਅਤੇ ਉੱਪਰੋਂ ਉਸਨੇ ਮੇਰੀ ਨੌਕਰੀ ਵੀ ਛੁਡਵਾ ਦਿੱਤੀ ਸੀ। ਦਿੱਲੀ ਵਿੱਚ ਚਾਰੇ ਪਾਸੇ ਮੈਨੂੰ ਹਨੇਰੇ ਤੋਂ ਬਿਨਾਂ ਕੁਝ ਵੀ ਦਿਖਾਈ ਨਹੀਂ ਸੀ ਦੇ ਰਿਹਾ। ਉੱਥੇ ਜਦੋਂ ਕੋਈ ਕਿਨਾਰਾ ਨਹੀਂ ਮਿਲਿਆ ਤਾਂ ਮੈਨੂੰ ਤੁਹਾਡੀ ਬਹੁਤ ਜ਼ਿਆਦਾ ਯਾਦ ਆਈ। ਮੈਂ ਮੰਨਦੀ ਹਾਂ ਕਿ ਮੈਂ ਤੁਹਾਨੂੰ ਬਹੁਤ ਦੁੱਖ ਦਿੱਤਾ, ਇੰਨਾ ਵੱਡਾ ਦੁੱਖ ਸਹਿਣ ਕਰਕੇ ਕੋਈ ਵੀ ਕਿਸੇ ਨੂੰ ਮਾਫ਼ ਨਹੀਂ ਕਰ ਸਕਦਾ, ਪਰ ਮੈਨੂੰ ਤੁਹਾਡੇ ਮਨ ਦੀ ਵਿਸ਼ਾਲਤਾ ਦਾ ਪਤਾ ਹੈ। ਤੁਸੀਂ ਭਾਵੇਂ ਮੇਰੇ ਗੁਨਾਹਾਂ ਨੂੰ ਮਾਫ਼ ਨਾ ਕੀਤਾ ਹੋਵੇ ਪਰ ਤੁਹਾਡੇ ਦਿਲ ਵਿੱਚ ਮੇਰੇ ਪ੍ਰਤੀ ਕੋਈ ਕੜਵਾਹਟ ਨਹੀਂ ਹੋ ਸਕਦੀ, ਇਸ ਲਈ ਹਿੰਮਤ ਕਰਕੇ ਮੈਂ ਤੁਹਾਨੂੰ ਮਿਲਣ ਆਈ ਹਾਂ। ਅਜੀਤ ਚੁੱਪ ਚਾਪ ਬਿਨਾਂ ਕੋਈ ਜਵਾਬ ਦਿੱਤੇ ਸੁਣਦਾ ਰਿਹਾ, ਪਰ ਉਸਦਾ ਦਿਲ ਬਹੁਤ ਦੁਖੀ ਸੀ। ਕਿ ਸੱਚਮੁੱਚ ਰੂਹੀ ਦੇ ਮਨ ਵਿੱਚ ਕੋਈ ਅਫਸੋਸ ਦਾ ਭਾਵ ਹੈ? ਉਹ ਆਪਣੀ ਗਲਤੀ ਦਾ ਪਛਤਾਵਾ ਕਰਨ ਦੇ ਲਈ ਆਈ ਹੈ? ਉਸਨੇ ਰੂਹੀ ਨੂੰ ਦੇਖਿਆ ਜਿਵੇਂ ਕਹਿ ਰਿਹਾ ਹੋਵੇ ਕਿ ਕਿਤੇ ਵੀ ਜਾਂਦੀ ਪਰ ਮੇਰੇ ਕੋਲ ਕਿਉਂ ਆਈ? ਪਛਤਾਵਾ ਤਾਂ ਕਿਤੇ ਵੀ ਕੀਤਾ ਜਾ ਸਕਦਾ ਸੀ, ਪਰ ਉਸਦੇ ਉੱਤਰ ਵਿੱਚ ਉਸਨੇ ਕਿਹਾ, ਮੈਨੂੰ ਨਹੀਂ ਪਤਾ ਤੇਰੇ ਮਨ ਵਿੱਚ ਕੀ ਹੈ, ਪਰ ਦਿੱਲੀ ਬਹੁਤ ਵੱਡਾ ਸ਼ਹਿਰ ਹੈ ਜਿੱਥੇ ਹਰ ਰੋਜ਼ ਲੱਖਾਂ ਲੋਕ ਬਿਨਾਂ ਕਿਸੇ ਸਹਾਰੇ ਤੋਂ ਆਪਣੀਆਂ ਅੱਖਾਂ ਵਿੱਚ ਉਮੀਦਾਂ ਦੇ ਦੀਵੇ ਬਾਲ ਕੇ ਆਉਂਦੇ ਹਨ। ਉਹਨਾਂ ਦਾ ਕੋਈ ਟਿਕਾਣਾ ਨਹੀਂ ਹੁੰਦਾ, ਸ਼ਹਿਰ ਵਿੱਚ ਕੋਈ ਵੀ ਜਾਣ ਪਹਿਚਾਣ ਵਾਲਾ ਨਹੀਂ ਹੁੰਦਾ, ਫਿਰ ਵੀ ਆਪਣੇ ਲਈ ਕੋਈ ਨਾ ਕੋਈ ਟਿਕਾਣਾ ਲੱਭ ਹੀ ਲੈਂਦੇ ਹਨ। ਤੂੰ ਤਾਂ ਦਿੱਲੀ ਵਿੱਚ ਪੈਦਾ ਹੋਈ ਹਾਂ, ਪਤਾ ਹੀ ਨਹੀਂ ਕਿੰਨੇ ਜਾਣ ਪਹਿਚਾਣ ਵਾਲੇ ਦੋਸਤ ਅਤੇ ਰਿਸ਼ਤੇਦਾਰ ਹੋਣਗੇ। ਸਾਰੇ ਦੇ ਸਾਰੇ ਪਹਿਚਾਣ ਵਾਲੇ ਅਤੇ ਰਿਸ਼ਤੇਦਾਰ ਇੰਨੇ ਜ਼ਾਲਮ ਅਤੇ ਕਠੋਰ ਦਿਲ ਨਹੀਂ ਹੋ ਸਕਦੇ ਕਿ ਤੈਨੂੰ ਸਹਾਰਾ ਹੀ ਨਾ ਦੇ ਸਕਣ। ਨਾ ਵੀ ਦਿੰਦੇ ਤਾਂ ਤੂੰ ਖੁਦ ਇੰਨੀ ਪੜ੍ਹੀ ਲਿਖੀ ਆ, ਸਮਰੱਥ ਹੈ ਕਿ ਆਪਣੇ ਪੈਰਾਂ 'ਤੇ ਖੜੀ ਹੋ ਸਕਦੀ ਹੈ। ਰੂਹੀ ਨੇ ਅਜੀਤ ਨੂੰ ਕੁਝ ਇਸ ਤਰ੍ਹਾਂ ਦੇਖਿਆ ਜਿਵੇਂ ਉਹ ਉਸ 'ਤੇ ਵਿਸ਼ਵਾਸ ਨਾ ਕਰ ਰਿਹਾ ਹੋਵੇ। ਉਹ ਕਹਿਣ ਲੱਗੀ, ਸ਼ਾਇਦ ਤੁਸੀਂ ਮੇਰਾ ਵਿਸ਼ਵਾਸ ਨਾ ਕਰੋ, ਪਰ ਮੈਂ ਜਾਣ ਬੁੱਝ ਕੇ ਤੁਹਾਡੇ ਕੋਲ ਆਈ ਹਾਂ। ਇਸ ਦਾ ਕੋਈ ਨਾ ਕੋਈ ਕਾਰਨ ਜ਼ਰੂਰ ਹੋਵੇਗਾ। ਹਾਂ, ਫਿਲਹਾਲ ਤਾਂ ਮੈਨੂੰ ਇੱਕ ਸਹਾਰੇ ਦੀ ਲੋੜ ਹੈ। ਇਸ ਸ਼ਹਿਰ ਵਿੱਚ ਕਿਤੇ ਵੀ ਮੇਰਾ ਟਿਕਾਣਾ ਨਹੀਂ ਹੈ,
ਮੈਂ ਤੁਹਾਨੂੰ ਬਹੁਤ ਜ਼ਿਆਦਾ ਤਕਲੀਫ ਨਹੀਂ ਦੇਵਾਂਗੀ। ਮੈਂ ਖੁਦ ਆਪਣੇ ਪੈਰਾਂ 'ਤੇ ਖੜੀ ਹੋਣਾ ਚਾਹੁੰਦੀ ਹਾਂ। ਤੁਹਾਨੂੰ ਮੇਰੀ ਥੋੜ੍ਹੀ ਜਿਹੀ ਮਦਦ ਕਰਨੀ ਹੋਵੇਗੀ। ਦੂਜਾ ਕੋਈ ਵੀ ਮੇਰੀ ਮਦਦ ਨਹੀਂ ਕਰ ਸਕਦਾ। ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਮੇਰੀ ਮਦਦ ਜ਼ਰੂਰ ਕਰੋਗੇ। ਕਿਹੋ ਜਿਹੀ ਮਦਦ? ਉਸਨੇ ਪੁੱਛਿਆ। ਬਸ ਰਹਿਣ ਦੇ ਲਈ ਇੱਕ ਛੋਟਾ ਜਿਹਾ ਫਲੈਟ ਜਾਂ ਮਕਾਨ ਅਤੇ ਰੋਜ਼ੀ ਰੋਟੀ ਦੇ ਲਈ ਇੱਕ ਨੌਕਰੀ। ਮੈਂ ਇਕੱਲੀ ਆਪਣਾ ਜੀਵਨ ਗੁਜ਼ਾਰ ਲਵਾਂਗੀ। ਇਹ ਇਕੱਲੇ ਗੁਜ਼ਾਰ ਲਵਾਂਗੀ ਵਰਗੇ ਸ਼ਬਦਾਂ 'ਤੇ ਉਸਨੂੰ ਯਕੀਨ ਨਹੀਂ ਸੀ। ਅਜੀਤ ਨੇ ਜ਼ੋਰ ਦੇ ਕੇ ਪੁੱਛਿਆ, ਇਕੱਲੇ ਗੁਜ਼ਾਰ ਲਵੇਂਗੀ? ਕੋਸ਼ਿਸ਼ ਕਰੂੰਗੀ। ਵਿਆਹ ਨਾਮ ਦਾ ਸ਼ਬਦ ਤਾਂ ਮੇਰੇ ਲਈ ਨਹੀਂ ਹੈ ਅਤੇ ਮਰਦਾਂ 'ਤੇ ਮੇਰਾ ਵਿਸ਼ਵਾਸ ਨਹੀਂ ਰਿਹਾ। ਅਜੀਤ ਨੇ ਉਸਦੀ ਇਸ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ, ਪਰ ਉਹ ਚੰਗੀ ਤਰ੍ਹਾਂ ਜਾਣਦਾ ਸੀ ਕਿ ਮਰਦਾਂ ਤੋਂ ਉਸਦਾ ਵਿਸ਼ਵਾਸ ਨਹੀਂ ਉੱਠਣਾ ਚਾਹੀਦਾ ਸੀ। ਉਸਨੇ ਤਾਂ ਖੁਦ ਕਿਸੇ ਮਰਦ ਦਾ ਵਿਸ਼ਵਾਸ ਤੋੜਿਆ ਹੈ, ਉਹ ਵੀ ਆਪਣੇ ਪਤੀ ਦਾ। ਹੁਣ ਉਹ ਮਰਦਾਂ 'ਤੇ ਵਿਸ਼ਵਾਸ ਨਾ ਕਰਨ ਦਾ ਦੋਸ਼ ਕਿਵੇਂ ਲਗਾ ਸਕਦੀ ਹੈ? ਇੰਨਾ ਆਤਮ ਬਲ ਕਿੱਥੋਂ ਲਿਆਊਗੀ ਉਹ? ਹੁਣ ਕਿੱਥੇ ਰੁਕੀ ਹੋਈ ਹਾਂ? ਅਜੀਤ ਨੇ ਪੁੱਛਿਆ। ਕਿਤੇ ਨਹੀਂ, ਮੈਂ ਅੱਜ ਹੀ ਮੁੰਬਈ ਆਈ ਹਾਂ। ਕਿੱਥੇ ਰਹੇਂਗੀ? ਮੈਂ ਨਹੀਂ ਜਾਣਦੀ, ਤੁਸੀਂ ਮੇਰੇ ਲਈ ਕੋਈ ਵਿਵਸਥਾ ਕਰ ਦਿਓ। ਰੂਹੀ ਦੇ ਅੰਦਾਜ਼ ਵਿੱਚ ਅਧਿਕਾਰ ਵਾਲਾ ਭਾਵ ਸੀ, ਜਿਵੇਂ ਉਹ ਅਜੇ ਵੀ ਉਸਦੀ ਪਤਨੀ ਹੋਵੇ ਜਾਂ ਫਿਰ ਸਾਬਕਾ ਪਤਨੀ ਦੇ ਨਾਂ 'ਤੇ ਉਹ ਆਪਣੇ ਅਧਿਕਾਰ ਦਾ ਪ੍ਰਯੋਗ ਕਰਨ ਲਈ ਆਈ ਹੋਵੇ, ਜਾਂ ਫਿਰ ਅਜੀਤ ਦੇ ਸਿੱਧੇ ਸੁਭਾਅ ਦਾ ਫਾਇਦਾ ਚੱਕਣ ਆਈ ਹੋਵੇ। ਕਿਹਾ ਨਹੀਂ ਜਾ ਸਕਦਾ ਸੀ ਕਿ ਉਸਦੇ ਮਨ ਵਿੱਚ ਕਿਹੜਾ ਅਧਿਕਾਰ ਵਾਲਾ ਭਾਵ ਸੀ। ਅਜੀਤ ਨੇ ਇੱਕ ਪਲ ਉਸਨੂੰ ਦੇਖਿਆ, ਉਸਦੀਆਂ ਅੱਖਾਂ ਵਿੱਚ ਤਰਲੇ ਤੋਂ ਜ਼ਿਆਦਾ ਅਧਿਕਾਰ ਵਾਲਾ ਭਾਵ ਸੀ, ਪਰ ਰੂਹੀ ਦੀ ਕਿਸੇ ਭਾਵਨਾ ਨਾਲ ਉਹ ਪ੍ਰਭਾਵਿਤ ਨਹੀਂ ਹੋਇਆ। ਉਸਦੇ ਮਨ ਵਿੱਚ ਬਸ ਇਹੀ ਗੱਲ ਸੀ ਕਿ ਰੂਹੀ ਮੁਸੀਬਤ ਵਿੱਚ ਹੈ, ਉਸਨੂੰ ਉਸਦੀ ਮਦਦ ਕਰਨੀ ਚਾਹੀਦੀ ਹੈ। ਇਸ ਗੱਲ ਦੀ ਸੱਚਾਈ ਜਾਣਨ ਦੀ ਉਸਨੇ ਕੋਸ਼ਿਸ਼ ਹੀ ਨਹੀਂ ਕੀਤੀ ਕਿ ਕੀ ਉਹ ਸੱਚਮੁੱਚ ਹੀ ਮੁਸੀਬਤ ਵਿੱਚ ਹੈ, ਜਾਂ ਉਹ ਜਾਣ ਬੁੱਝ ਕੇ ਉਸਦੇ ਸਾਹਮਣੇ ਆਪਣੀ ਮਜਬੂਰੀ ਦੀ ਕੋਈ ਕਹਾਣੀ ਘੜ ਰਹੀ ਹੈ। ਇਸ ਨਾਲ ਉਸਨੂੰ ਕੋਈ ਫਰਕ ਨਹੀਂ ਪੈਂਦਾ। ਉਸਦਾ ਦਿਆਲੂ ਸੁਭਾਅ ਸਾਰੇ ਤਰ੍ਹਾਂ ਦੇ ਤਰਕਾਂ ਵਿਤਰਕਾਂ ਤੋਂ ਉਸਨੂੰ ਦੂਰ ਰੱਖਦਾ। ਉਸ ਦਿਨ ਉਸਨੇ ਰੂਹੀ ਦੇ ਰਹਿਣ ਦੀ ਵਿਵਸਥਾ ਆਪਣੇ ਇੱਕ ਮਿੱਤਰ ਦੇ ਗੈਸਟ ਹਾਊਸ ਵਿੱਚ ਕਰਵਾ ਦਿੱਤੀ। ਫਿਰ ਅਗਲੇ ਕਈ ਦਿਨਾਂ ਤੱਕ ਉਹ ਰੂਹੀ ਦੇ ਲਈ ਮਕਾਨ ਅਤੇ ਨੌਕਰੀ ਦੀ ਤਲਾਸ਼ ਕਰਨ ਲੱਗਾ। ਇਸ ਵਜ੍ਹਾ ਨਾਲ ਉਸਦਾ ਕਲੀਨਿਕ ਲਗਭਗ ਬੰਦ ਹੀ ਰਿਹਾ ਅਤੇ ਉਹ ਘਰ ਵੱਲ ਵੀ ਜ਼ਿਆਦਾ ਧਿਆਨ ਨਹੀਂ ਦੇ ਸਕਿਆ। ਬੇਟਾ ਸ਼ਿਕਾਇਤ ਕਰਦਾ, ਪਾਪਾ ਤੁਸੀਂ ਇੰਨਾ ਜ਼ਿਆਦਾ ਕੰਮ ਕਿਉਂ ਕਰਦੇ ਹੋ? ਸਾਡੇ ਲਈ ਵੀ ਤੁਹਾਡੇ ਕੋਲ ਸਮਾਂ ਨਹੀਂ ਹੈ। ਅਵਨੀ ਸਮਝਦਾਰ ਸੀ। ਉਹ ਜਾਣਦੀ ਸੀ ਮੈਡੀਕਲ ਇੱਕ ਅਜਿਹਾ ਕਿੱਤਾ ਜਿਸ ਵਿੱਚ ਸਮਾਂ ਨਹੀਂ ਦੇਖਿਆ ਜਾਂਦਾ। ਫਿਰ ਵੀ ਉਹਨਾਂ ਦਿਨਾਂ ਵਿੱਚ ਅਜੀਤ ਦੇ ਚਿੰਤਾ ਭਰੇ ਚਿਹਰੇ ਨੂੰ ਦੇਖ ਕੇ ਉਸਨੇ ਸ਼ਿਕਾਇਤ ਕੀਤੀ, ਇੰਨਾ ਕੰਮ ਕਰਦੇ ਕਿਉਂ ਕਿ ਤੁਹਾਨੂੰ ਆਰਾਮ ਕਰਨ ਦਾ ਮੌਕਾ ਨਾ ਮਿਲੇ? ਨਹੀਂ, ਕੋਈ ਖਾਸ ਗੱਲ ਨਹੀਂ ਅਮਨੀ, ਬਸ ਕੁਝ ਦਿਨਾਂ ਦੀ ਗੱਲ ਹੈ, ਫਿਰ ਸਭ ਨੋਰਮਲ ਹੋ ਜਾਵੇਗਾ। ਅਜੀਤ ਬਸ ਇੰਨਾ ਹੀ ਕਹਿ ਸਕਿਆ। ਕੀ ਕੋਈ ਖਾਸ ਗੱਲ ਹੈ ਜੋ ਤੁਹਾਨੂੰ ਪਰੇਸ਼ਾਨ ਕਰ ਰਹੀ ਹੈ? ਪਤਨੀ ਨੇ ਚਿੰਤਿਤ ਹੁੰਦਿਆਂ ਪੁੱਛਿਆ। ਨਹੀਂ, ਉਸਨੇ ਟਾਲਣ ਲਈ ਕਹਿ ਦਿੱਤਾ, ਤੂੰ ਪਰੇਸ਼ਾਨ ਨਾ ਹੋ, ਕੋਈ ਗੱਲ ਹੋਵੇਗੀ ਤਾਂ ਮੈਂ ਤੈਨੂੰ ਜ਼ਰੂਰ ਦੱਸ ਦੇਵਾਂਗਾ। ਅਵਨੀ ਨਿਸ਼ਚਿੰਤ ਹੋ ਗਈ। ਪਤਨੀ 'ਤੇ ਸ਼ੱਕ ਕਰਨ ਦਾ ਕੋਈ ਕਾਰਨ ਉਸਦੇ ਕੋਲ ਨਹੀਂ ਸੀ। ਅਜੀਤ ਨੇ ਆਪਣੇ ਹੀ ਮੁਹੱਲੇ ਵਿੱਚ ਇੱਕ ਮਕਾਨ ਲੱਭ ਲਿਆ ਸੀ ਜੋ ਕਿ ਰੂਹੀ ਦੇ ਲਈ ਕਾਫੀ ਸੀ। ਜਦੋਂ ਐਡਵਾਂਸ ਕਿਰਾਇਆ ਅਤੇ ਡਿਪੋਜ਼ਿਟ ਦੇਣ ਦੀ ਗੱਲ ਆਈ ਤਾਂ ਅਜੀਤ ਨੇ ਉਸ ਵੱਲ ਵੇਖਿਆ। ਰੂਹੀ ਨੇ ਚਿਹਰਾ ਝੁਕਾ ਲਿਆ, ਕੁਝ ਬੋਲੀ ਨਹੀਂ ਤਾਂ ਅਜੀਤ ਨੂੰ ਹੀ ਪੁੱਛਣਾ ਪਿਆ, ਤੇਰੇ ਕੋਲ ਪੈਸੇ ਹੈ? ਨਹੀਂ, ਉਸਨੇ ਹੌਲੀ ਜਿਹੀ ਆਵਾਜ਼ ਵਿੱਚ ਕਿਹਾ। ਅਜੀਤ ਨੂੰ ਬੜੀ ਹੈਰਾਨੀ ਹੋਈ। ਰੂਹੀ ਇੱਕ ਵੱਡੀ ਕੰਪਨੀ ਵਿੱਚ ਕੰਮ ਕਰਦੀ ਸੀ, ਉਸਦੀ ਤਨਖਾਹ ਵੀ ਕਾਫੀ ਚੰਗੀ ਸੀ, ਫਿਰ ਉਸਦੀ ਤਨਖਾਹ ਦਾ ਪੈਸਾ ਕਿੱਥੇ ਗਿਆ?
ਰੂਹੀ ਜਿਵੇਂ ਅਜੀਤ ਦਾ ਮਕਸਦ ਸਮਝ ਗਈ ਸੀ। ਫਿਰ ਉਸਨੇ ਅਜੀਤ ਨੂੰ ਸਫਾਈ ਦਿੰਦਿਆਂ ਕਿਹਾ, ਮੈਂ ਤੁਹਾਨੂੰ ਕਿਵੇਂ ਦੱਸਾਂ, ਉਸਨੇ ਨਾ ਕੇਵਲ ਮੇਰੇ ਨਾਲ ਸਗੋਂ ਮੇਰੀ ਕਮਾਈ 'ਤੇ ਵੀ ਖੂਬ ਐਸ਼ ਕੀਤੀ। ਉਸਨੇ ਮੈਨੂੰ ਕਿਤੋਂ ਦਾ ਨਹੀਂ ਛੱਡਿਆ। ਅਜੀਤ ਨੇ ਬਿਨਾਂ ਕੋਈ ਪ੍ਰਸ਼ਨ ਕੀਤੇ ਪੈਸੇ ਭਰ ਦਿੱਤੇ। ਇੰਨਾ ਹੀ ਨਹੀਂ, ਘਰ ਦਾ ਸਾਰਾ ਸਮਾਨ ਵੀ ਰਸੋਈ ਵਿੱਚ ਰਖਵਾਇਆ, ਫਰਨੀਚਰ ਤੋਂ ਲੈ ਕੇ ਬਰਤਨ ਅਤੇ ਰਾਸ਼ਨ ਤੱਕ। ਇਸ ਵਿੱਚ ਕਈ ਲੱਖ ਰੁਪਏ ਖਰਚ ਹੋ ਗਏ ਉਸਦੇ, ਪਰ ਉਸਨੂੰ ਕੋਈ ਮਲਾਲ ਨਹੀਂ ਸੀ। ਬਸ ਇੱਕ ਦੁੱਖ ਸੀ ਕਿ ਇਹ ਸਭ ਉਹ ਆਪਣੀ ਪਤਨੀ ਤੋਂ ਲੁਕਾ ਕੇ ਕਰ ਰਿਹਾ ਸੀ। ਉਸ ਦੇ ਬਾਅਦ ਆਪਣੇ ਅਹੁਦੇ ਅਤੇ ਪੇਸ਼ੇ ਦਾ ਕੁਝ ਲਾਭ ਲੈਂਦੇ ਹੋਏ ਉਸਨੇ ਰੂਹੀ ਦੇ ਲਈ ਇੱਕ ਹੋਟਲ ਵਿੱਚ ਅਸਿਸਟੈਂਟ ਮੈਨੇਜਰ ਦੀ ਜੌਬ ਉਸਨੂੰ ਦਵਾ ਦਿੱਤੀ। ਭਾਵੇਂ ਕਿ ਹੋਟਲ ਮੈਨੇਜਮੈਂਟ ਦਾ ਕੋਈ ਤਜਰਬਾ ਉਸਦੇ ਕੋਲ ਨਹੀਂ ਸੀ, ਪਰ ਮੈਨੇਜਮੈਂਟ ਦੀ ਡਿਗਰੀ ਉਸਦੇ ਕੋਲ ਸੀ ਅਤੇ ਇੱਕ ਕੰਪਨੀ ਵਿੱਚ ਕੰਮ ਕਰਨ ਦਾ ਪੁਰਾਣਾ ਤਜਰਬਾ ਵੀ। ਉਸੇ ਆਧਾਰ 'ਤੇ ਉਸਨੂੰ ਨੌਕਰੀ ਮਿਲ ਗਈ। ਜਿਸ ਦਿਨ ਉਸਨੂੰ ਨੌਕਰੀ ਮਿਲੀ, ਰੂਹੀ ਨੇ ਅਜੀਤ ਨੂੰ ਕਿਹਾ ਕਿ ਮੂੰਹ ਮਿੱਠਾ ਕਰਨ ਦੇ ਲਈ ਸ਼ਾਮ ਨੂੰ ਘਰ ਆ ਸਕਦੀ ਹੋ। ਘਰੇ ਕਿਉਂ, ਮਠਿਆਈ ਤਾਂ ਕਿਤੇ ਵੀ ਖਾਧੀ ਜਾ ਸਕਦੀ ਹੈ, ਉਸਨੇ ਹਲਕੇ ਫੁਲਕੇ ਮੂਡ ਵਿੱਚ ਕਿਹਾ। ਤਾਂ ਫਿਰ ਕਿਸੇ ਰੈਸਟੋਰੈਂਟ ਵਿੱਚ ਚੱਲਦੇ ਹਾਂ, ਰੂਹੀ ਨੇ ਝੱਟ ਕਿਹਾ। ਉਹ ਸੋਚਾਂ ਵਿੱਚ ਸੀ, ਫਿਰ ਕਹਿਣ ਲੱਗਾ, ਇਹ ਸੰਭਵ ਨਹੀਂ ਹੋ ਸਕਦਾ, ਮਰੀਜ਼ਾਂ ਨੂੰ ਦੇਖਦੇ ਦੇਖਦੇ ਕਾਫੀ ਸਮਾਂ ਲੱਗ ਜਾਂਦਾ, ਰਾਤ ਨੂੰ ਦੇਰ ਹੋ ਸਕਦੀ ਹੈ, ਸਮਾਂ ਨਹੀਂ ਮਿਲ ਸਕਦਾ। ਅਜੀਤ ਸਾਫ਼ ਜਵਾਬ ਨਾ ਦੇ ਸਕਿਆ। ਤਾਂ ਫਿਰ ਤੁਸੀਂ ਕਲੀਨਿਕ ਤੋਂ ਸਿੱਧੇ ਘਰ ਆ ਜਾਓ, ਉਸਨੇ ਜ਼ੋਰ ਦੇ ਕੇ ਕਿਹਾ। ਤਾਂ ਅਜੀਤ ਨੇ ਜਵਾਬ ਦਿੱਤਾ, ਦੇਖਦਾ ਸ਼ਾਮ ਨੂੰ ਜ਼ਿਆਦਾ ਮਰੀਜ਼ ਨਾ ਹੋਏ ਤਾਂ ਆ ਜਾਵਾਂਗਾ, ਮੈਂ ਇੰਤਜ਼ਾਰ ਕਰਾਂਗੀ। ਉਸਦੀ ਆਵਾਜ਼ ਤੋਂ ਲੱਗ ਰਿਹਾ ਸੀ ਕਿ ਉਸਨੂੰ ਵਿਸ਼ਵਾਸ ਸੀ ਕਿ ਅਜੀਤ ਜ਼ਰੂਰ ਆਵੇਗਾ, ਅਤੇ ਸੱਚਮੁੱਚ ਉਹ ਆਇਆ। ਰੂਹੀ ਉਸ ਦਿਨ ਬਹੁਤ ਖੁਸ਼ ਲੱਗ ਰਹੀ ਸੀ, ਉਹ ਅਜੀਤ ਦੇ ਸਵਾਗਤ ਲਈ ਬਿਲਕੁਲ ਤਿਆਰ ਸੀ। ਉਸਨੇ ਇੱਕ ਵਿਆਹੁਤਾ ਕੁੜੀ ਵਾਂਗ ਸ਼ਿੰਗਾਰ ਕੀਤਾ ਸੀ, ਬਸ ਸੰਦੂਰ ਨਹੀਂ ਸੀ ਲਾਇਆ, ਹਲਕੇ ਅਸਮਾਨੀ ਰੰਗ ਵਿੱਚੋਂ ਬਿਲਕੁਲ ਪਰੀ ਲੱਗ ਰਹੀ ਸੀ। ਇਨਸਾਨ ਦੇ ਜੀਵਨ ਵਿੱਚ ਜਦੋਂ ਖੁਸ਼ੀਆਂ ਆਉਂਦੀਆਂ ਤਾਂ ਉਸਦੇ ਬਾਕੀ ਗੁਣ ਵੀ ਦਿਸਣ ਲੱਗ ਜਾਂਦੇ ਹਨ। ਉਸਦੀ ਸੁੰਦਰਤਾ ਦੇਖ ਕੇ ਅਜੀਤ ਵੀ ਹੈਰਾਨ ਰਹਿ ਗਿਆ। ਇਹ ਸੁੰਦਰਤਾ ਕਦੇ ਉਸੇ ਦੀ ਹੀ ਸੀ। ਜੇਕਰ ਰੂਹੀ ਨੇ ਥੋੜ੍ਹੀ ਸਮਝਦਾਰੀ ਅਤੇ ਸੰਜਮ ਤੋਂ ਕੰਮ ਲਿਆ ਹੁੰਦਾ ਤਾਂ ਅੱਜ ਵੀ ਉਹ ਉਸਦੀ ਹੁੰਦੀ, ਪਰ ਰੂਹੀ ਹੁਣ ਉਸਦੀ ਨਹੀਂ ਸੀ। ਸੱਚ ਤਾਂ ਇਹ ਸੀ ਕਿ ਹੁਣ ਉਹ ਕਿਸੇ ਦੀ ਨਹੀਂ ਸੀ, ਅਤੇ ਦੇਖਿਆ ਜਾਵੇ ਤਾਂ ਉਹ ਆਜ਼ਾਦ ਹੈ, ਜਿਸ ਨੂੰ ਚਾਹੇ ਪਸੰਦ ਕਰ ਸਕਦੀ ਹੈ, ਪਿਆਰ ਕਰ ਸਕਦੀ ਹੈ। ਉਸਦੇ ਜੀਵਨ ਵਿੱਚ ਕਿਸੇ ਵੀ ਮਰਦ ਦੇ ਲਈ ਉਨੀ ਹੀ ਜਗ੍ਹਾ ਹੈ ਜਿੰਨੀ ਪਿਆਰ ਕਰਨ ਦੇ ਲਈ ਕਿਸੇ ਦੀ ਹੋ ਸਕਦੀ ਹੈ। ਆਓ ਆਓ, ਮੈਨੂੰ ਯਕੀਨ ਸੀ ਤੁਸੀਂ ਜ਼ਰੂਰ ਆਓਗੇ, ਉਹ ਮੁਸਕਰਾਉਂਦੀ ਹੋਈ ਕਹਿਣ ਲੱਗੀ। ਉਸਦੇ ਚਿਹਰੇ ਦੀ ਚੰਚਲਤਾ ਤੋਂ ਜ਼ਿਆਦਾ ਉਸਦੇ ਸਰੀਰ ਦੇ ਹਾਵ ਭਾਵ ਬੋਲ ਰਹੇ ਸਨ। ਉਸਦੇ ਵਿਹਾਰ ਤੋਂ ਅਜਿਹਾ ਨਹੀਂ ਸੀ ਲੱਗ ਰਿਹਾ ਜਿਵੇਂ ਉਹਨਾਂ ਦੇ ਰਿਸ਼ਤੇ ਵਿੱਚ ਕਿਤੇ ਦਰਾਰ ਆਈ ਹੋਵੇ ਅਤੇ ਉਹ ਹਮੇਸ਼ਾ ਦੇ ਲਈ ਇੱਕ ਦੂਜੇ ਤੋਂ ਵੱਖ ਹੋ ਗਏ ਹੋਣ। ਜੋ ਵੀ ਦੇਖਦਾ ਇਹੀ ਕਹਿੰਦਾ, ਰੂਹੀ ਉਸਦੀ ਪਤਨੀ ਹੈ। ਰੂਹੀ ਦੇ ਖੁੱਲ੍ਹੇਪਣ ਕਾਰਨ ਅਜੀਤ ਦਾ ਮਨ ਥੋੜ੍ਹਾ ਡੋਲ ਜਿਹਾ ਗਿਆ। ਉਸਨੇ ਉੱਪਰੋਂ ਜ਼ਾਹਰ ਤਾਂ ਕੁਝ ਨਹੀਂ ਕੀਤਾ ਅਤੇ ਨਜ਼ਰਾਂ ਚੁਰਾਉਂਦੇ ਹੋਏ ਅੰਦਰ ਆ ਕੇ ਬੈਠ ਗਿਆ। ਰੂਹੀ ਨੇ ਆਪਣੇ ਘਰ ਨੂੰ ਬਹੁਤ ਸੁੰਦਰ ਤਰੀਕੇ ਨਾਲ ਸਜਾ ਦਿੱਤਾ ਸੀ। ਘਰ ਛੋਟਾ ਸੀ, ਪਰ ਜੇਕਰ ਸਵਾਣੀ ਵਿੱਚ ਸਮਝ ਹੋਵੇ ਤਾਂ ਛੋਟੀ ਜਿਹੀ ਜਗ੍ਹਾ ਨੂੰ ਵੀ ਸੁੰਦਰ ਬਣਾਇਆ ਜਾ ਸਕਦਾ। ਰੂਹੀ ਦਾ ਇਹ ਗੁਣ ਅਜੀਤ ਨੂੰ ਪਤਾ ਨਹੀਂ ਸੀ, ਕਿਉਂਕਿ ਦੋਨਾਂ ਦੇ ਵਿਆਹ ਤੋਂ ਬਾਅਦ ਰੂਹੀ ਨੇ ਮਨੋਂ ਉਸ ਘਰ ਨੂੰ ਨਹੀਂ ਸੀ ਅਪਣਾਇਆ, ਬਸ ਉਸਦਾ ਤਨ ਹੀ ਮੌਜੂਦ ਰਹਿੰਦਾ ਸੀ, ਉਹ ਦੂਜੀ ਹੀ ਦੁਨੀਆਂ ਵਿੱਚ ਵਿਚਰ ਰਹੀ ਸੀ। ਤਾਂ ਅਜੀਤ ਦੇ ਘਰ ਵਿੱਚ ਧਿਆਨ ਕਿਵੇਂ ਦਿੰਦੀ? ਚਾਹ ਪੀ ਕੇ ਅਜੀਤ ਘਰ ਚੱਲਣ ਲੱਗਾ ਤਾਂ ਰੂਹੀ ਨੇ ਉਸਦਾ ਹੱਥ ਫੜ ਲਿਆ ਅਤੇ ਉਤਸ਼ਾਹ ਨਾਲ ਕਹਿਣ ਲੱਗੀ, ਸਮਝ ਨਹੀਂ ਆਉਂਦੀ ਕਿਹੜੇ ਸ਼ਬਦਾਂ ਨਾਲ ਤੁਹਾਡਾ ਧੰਨਵਾਦ ਕਰਾਂ। ਅਜੀਤ ਦੇ ਸਰੀਰ ਵਿੱਚ ਇੱਕ ਕੰਬਣੀ ਜਿਹੀ ਦੌੜ ਗਈ। ਰੂਹੀ ਦੀ ਛੋਹ ਉਸਦੇ ਲਈ ਅਣਚਾਹੀ ਨਹੀਂ ਸੀ, ਪਰ ਉਸਨੂੰ ਲੱਗਿਆ ਜਿਵੇਂ ਰੂਹੀ ਉਸਨੂੰ ਪਹਿਲੀ ਵਾਰ ਛੋਹ ਰਹੀ ਹੋਵੇ।
ਇਹ ਛੋਹ ਅਨੋਖੀ ਨਹੀਂ, ਉਤੇਜਿਤ ਕਰ ਦੇਣ ਵਾਲੀ ਸੀ। 10 ਸਾਲ ਬਾਅਦ ਰੋਹੀ ਦੀ ਸੁੰਦਰਤਾ ਵਿੱਚ ਜੇਕਰ ਕੋਈ ਕਮੀ ਆਈ ਸੀ ਤਾਂ ਉਹ ਉਮਰ ਦੀ ਸੀ, ਜਿਸ ਵਿੱਚ 10 ਸਾਲ ਵੱਧ ਗਏ ਸਨ। ਨਹੀਂ ਤਾਂ ਉਹ ਅੱਜ ਵੀ ਉਨੀ ਹੀ ਸੁੰਦਰ ਅਤੇ ਦਿਲਕਸ਼ ਸੀ। ਅਜੀਤ ਨੇ ਬਿਨਾਂ ਉਸ ਵੱਲ ਦੇਖੇ ਆਪਣੇ ਹੱਥ ਨੂੰ ਛੁਡਾ ਲਿਆ ਅਤੇ ਕਿਹਾ, ਇਸ ਵਿੱਚ ਧੰਨਵਾਦ ਦੀ ਕੋਈ ਗੱਲ ਨਹੀਂ ਹੈ, ਇਨਸਾਨ ਹੀ ਇਨਸਾਨ ਦੇ ਕੰਮ ਆਉਂਦਾ। ਇੰਨਾ ਕਹਿ ਅਜੀਤ ਘਰ ਵਾਪਸ ਆ ਗਿਆ। ਘਰ ਆ ਕੇ ਉਸਨੇ ਪਤਨੀ ਅਵਨੀ ਨੂੰ ਰੱਜ ਕੇ ਤੱਕਿਆ। ਉਹ ਵੀ ਉਸਨੂੰ ਬਿਲਕੁਲ ਨਵੀਂ ਜਿਹੀ ਲੱਗੀ, ਸਵੇਰ ਦੀ ਨਰਮ ਧੁੱਪ ਵਿੱਚ ਜਿਵੇਂ ਹੁਣੇ ਹੀ ਨਹਾਤੀ ਹੋਵੇ। ਖਿੜਦੇ ਫੁੱਲਾਂ ਦੀ ਰੰਗਤ ਨਾਲ ਭਰੀ ਇੱਕ ਬੱਚੇ ਦੀ ਮਾਂ ਸੀ, ਫਿਰ ਵੀ ਉਸਦੀ ਸੁੰਦਰਤਾ ਵਿੱਚ ਕੋਈ ਕਮੀ ਨਹੀਂ ਸੀ ਆਈ। ਉਹ ਇੱਕ ਡਾਕਟਰ ਦੀ ਪਤਨੀ ਸੀ, ਉਸਨੇ ਆਪਣੇ ਆਪ ਨੂੰ ਸੰਭਾਲ ਕੇ ਰੱਖਿਆ ਸੀ। ਉਹ ਤੁਲਨਾ ਕਰਨ ਲੱਗਾ ਰੂਹੀ ਅਤੇ ਅਵਨੀ ਵਿੱਚ। ਦੋਨਾਂ ਦੀ ਸੁੰਦਰਤਾ ਇੱਕ ਦੂਜੇ ਤੋਂ ਅਲੱਗ ਸੀ। ਇੱਕ ਆਪਣੇ ਪਰਿਵਾਰ ਦੇ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਸੀ ਅਤੇ ਦੂਜੀ ਮਰਜ਼ੀ ਦੀ ਮਾਲਕ ਉੱਡਣ ਵਾਲੀ ਤਿੱਤਲੀ, ਪਰ ਦੋਨੇ ਹੀ ਮਨਮੋਹਕ ਸਨ। ਰੂਹੀ ਹੁਣ ਸੁਰੱਖਿਅਤ ਜਗ੍ਹਾ 'ਤੇ ਸੀ, ਇਸ ਗੱਲ ਦੀ ਉਸਨੂੰ ਸੰਤੁਸ਼ਟੀ ਸੀ, ਪਰ ਇਸ ਅਹਿਸਾਨ ਦਾ ਬਦਲਾ ਲੈਣ ਦਾ ਉਸਦੇ ਮਨ ਵਿੱਚ ਕੋਈ ਵਿਚਾਰ ਕਦੇ ਨਹੀਂ ਸੀ ਆਇਆ। ਉਹ ਉਸਨੂੰ ਆਪਣੇ ਵੱਲੋਂ ਕਦੇ ਵੀ ਫੋਨ ਨਹੀਂ ਸੀ ਕਰਦਾ, ਪਰ ਰੂਹੀ ਜਦੋਂ ਤੱਕ ਦਿਨ ਵਿੱਚ 2-3 ਵਾਰ ਫੋਨ ਨਾ ਕਰ ਲੈਂਦੀ, ਉਸਨੂੰ ਚੈਨ ਨਹੀਂ ਸੀ ਮਿਲਦਾ। ਉਹ ਮਿੱਠੀਆਂ ਮਿੱਠੀਆਂ ਗੱਲਾਂ ਕਰਦੀ, ਕਈ ਵਾਰ ਪੁਰਾਣੀਆਂ ਗੱਲਾਂ ਕੁਰੀਦਣ ਲੱਗਦੀ ਅਤੇ ਉਸ ਤੋਂ ਮਾਫ਼ੀ ਮੰਗਦੀ। ਇਹ ਜਿਤਾਉਣ ਦੀ ਕੋਸ਼ਿਸ਼ ਕਰਦੀ ਕਿ ਉਹ ਅਜੀਤ ਦੇ ਪ੍ਰਤੀ ਕਰਜ਼ਦਾਰ ਹੈ ਅਤੇ ਉਸਦੇ ਅਹਿਸਾਨਾਂ ਦਾ ਬਦਲਾ ਚੁਕਾਉਣਾ ਚਾਹੁੰਦੀ ਹੈ। ਉਹ ਹੱਸ ਕੇ ਟਾਲ ਜਾਂਦਾ ਅਤੇ ਆਪਣੇ ਵੱਲੋਂ ਕੋਈ ਪ੍ਰਤੀਕਿਰਿਆ ਜ਼ਾਹਰ ਨਾ ਕਰਦਾ, ਜਿਸ ਨਾਲ ਰੂਹੀ ਨੂੰ ਇਹ ਲੱਗੇ ਕਿ ਉਹ ਉਸਦੇ ਵੱਲੋਂ ਕੋਈ ਉਮੀਦ ਰੱਖਦਾ। ਰੂਹੀ ਲਗਭਗ ਰੋਜ਼ ਉਸਨੂੰ ਆਪਣੇ ਘਰ ਬੁਲਾਉਂਦੀ। ਉਸਦੀਆਂ ਗੱਲਾਂ ਵਿੱਚ ਇੱਕ ਅਜਿਹੀ ਖਿੱਚ ਹੁੰਦੀ ਕਿ ਅਜੀਤ ਨਾ ਕਰ ਸਕਦਾ ਅਤੇ ਉਸਦਾ ਦਿਲ ਨਹੀਂ ਸੀ ਦਿਖਾਉਣਾ ਚਾਹੁੰਦਾ। ਰੂਹੀ ਇਕੱਲੀ ਸੀ ਇਸ ਸ਼ਹਿਰ ਵਿੱਚ, ਉਸਦਾ ਕੋਈ ਸਕਾ ਸੰਬੰਧੀ ਨਹੀਂ ਸੀ। ਇਸ ਨਾਂ 'ਤੇ ਉਸਨੂੰ ਖੁਸ਼ ਕਰਨ ਦੇ ਲਈ ਰੋਜ਼ ਤਾਂ ਨਹੀਂ, ਪਰ ਦੂਜੇ ਤੀਜੇ ਦਿਨ ਉਸਦੇ ਘਰ ਚਲਾ ਜਾਂਦਾ। ਰੂਹੀ ਗਰਮ ਜੋਸ਼ੀ ਨਾਲ ਉਸਦਾ ਸਵਾਗਤ ਕਰਦੀ, ਚਾਹ ਕੌਫੀ ਦੇ ਨਾਲ ਕੁਝ ਖਾਣ ਦੇ ਲਈ ਬਣਾ ਲੈਂਦੀ। ਉਹ ਕੁਝ ਦੇਰ ਬੈਠ ਕੇ ਉਸਦੀ ਬਕ ਬਕ ਸੁਣਦਾ ਅਤੇ ਵਾਪਸ ਆ ਜਾਂਦਾ। ਇੱਕ ਦਿਨ ਰੂਹੀ ਉਸਦੇ ਕੋਲ ਹੀ ਸੋਫੇ 'ਤੇ ਬੈਠ ਗਈ। ਉਹ ਚੌਂਕ ਗਿਆ ਅਤੇ ਹਲਕਾ ਜਿਹਾ ਖਿਸਕ ਕੇ ਆਪਣੇ ਸਰੀਰ ਨੂੰ ਇਕੱਠਾ ਜਿਹਾ ਕਰਕੇ ਬੈਠ ਗਿਆ। ਉਹ ਹੱਸਦਿਆਂ ਕਹਿਣ ਲੱਗੀ, ਤੁਸੀਂ ਮੇਰੇ ਤੋਂ ਇੰਨਾ ਦੂਰ ਕਿਉਂ ਜਾ ਕੇ ਬੈਠ ਗਏ? ਆਖਿਰ ਮੈਂ ਤੁਹਾਡੀ ਪਤਨੀ ਰਹਿ ਚੁੱਕੀ ਹਾਂ, ਹਜੇ ਵੀ ਸਾਡੇ ਰਿਸ਼ਤੇ ਵਿੱਚ ਆਪਣਾਪਣ ਹੈ, ਇੰਨੀ ਦੂਰੀ ਕਿਉਂ? ਅਜੀਤ ਉਸਦੀ ਗੱਲ ਦਾ ਕੀ ਜਵਾਬ ਦਿੰਦਾ, ਪਰ ਇੰਨਾ ਹੀ ਕਹਿ ਸਕਿਆ, ਮੈਂ ਠੀਕ ਹਾਂ। ਪਰ ਮੈਂ ਠੀਕ ਨਹੀਂ ਹਾਂ, ਉਹ ਫਿਰ ਉਸਦੇ ਵੱਲ ਥੋੜ੍ਹਾ ਜਿਹਾ ਖਿਸਕ ਗਈ। ਮੇਰੇ ਮਨ 'ਤੇ ਮੇਰੇ ਗੁਨਾਹ ਦਾ ਭਾਰ ਹੈ, ਮੈਂ ਤੁਹਾਨੂੰ ਕਿੰਨੇ ਦੁੱਖ ਦਿੱਤੇ, ਤੁਸੀਂ ਮੈਨੂੰ ਕਦੇ ਨਹੀਂ ਡਾਂਟਿਆ ਝੜਕਿਆ, ਸਹਿਜ ਭਾਵਨਾ ਨਾਲ ਤੁਸੀਂ ਸਭ ਕੁਝ ਸਹਿੰਦੇ ਗਏ। ਮੈਂ ਉਦੋਂ ਵੀ ਇਸ ਗੱਲ ਨੂੰ ਸਮਝ ਨਹੀਂ ਸੀ ਸਕੀ ਕਿ ਤੁਹਾਡੇ ਵਰਗੇ ਸ਼ਰੀਫ ਇਨਸਾਨ ਨੂੰ ਦੁੱਖ ਦੇ ਕੇ ਮੈਂ ਆਪਣੀ ਜ਼ਿੰਦਗੀ ਨੂੰ ਨਰਕ ਬਣਾ ਰਹੀ ਹਾਂ। ਉਦੋਂ ਜੇਕਰ ਤੁਸੀਂ ਮੇਰੇ ਨਾਲ ਸਖਤੀ ਕੀਤੀ ਹੁੰਦੀ, ਡਾਂਟਿਆ ਹੁੰਦਾ, ਤਾਂ ਮੈਂ ਤੁਹਾਨੂੰ ਛੱਡਣ ਦੀ ਗਲਤੀ ਕਦੇ ਨਾ ਕਰਦੀ। ਮੈਂ ਆਪਣੇ ਪਛਤਾਵੇ ਤੋਂ ਛੁਟਕਾਰਾ ਕਿਵੇਂ ਪਾਵਾਂ? ਅਜੀਤ ਨੂੰ ਕੀ ਪਤਾ ਸੀ ਕਿ ਉਹ ਇਹ ਛੁਟਕਾਰਾ ਕਿਵੇਂ ਪਾ ਸਕਦੀ ਸੀ? ਇਹ ਉਸਦਾ ਨਿੱਜੀ ਮਾਮਲਾ ਸੀ, ਇਸ ਵਿੱਚ ਉਹ ਰੂਹੀ ਦੀ ਕੀ ਮਦਦ ਕਰ ਸਕਦਾ ਸੀ? ਮੈਂ ਮੁੰਬਈ ਇਸ ਲਈ ਨਹੀਂ ਆਈ ਹਾਂ ਕਿ ਤੁਹਾਡੇ ਜ਼ਰੀਏ ਕੋਈ ਨੌਕਰੀ ਹਾਸਲ ਕਰ ਸਕਾਂ ਅਤੇ ਵਧੀਆ ਜ਼ਿੰਦਗੀ ਬਤੀਤ ਕਰ ਸਕਾਂ। ਇਹ ਕੰਮ ਤਾਂ ਮੈਂ ਦਿੱਲੀ ਵਿੱਚ ਰਹਿ ਕੇ ਵੀ ਕਰ ਸਕਦੀ ਸੀ, ਜੋ ਨੌਕਰੀ ਛੱਡੀ ਸੀ ਉਹੀ ਦੁਬਾਰਾ ਕਰ ਲੈਂਦੀ ਜਾਂ ਦੂਸਰੀ ਕਰ ਲੈਂਦੀ, ਇਸ ਵਿੱਚ ਕੋਈ ਪਰੇਸ਼ਾਨੀ ਨਹੀਂ ਸੀ। ਅੱਜ ਉਸਨੇ ਆਪਣੇ ਦਿਲ ਦੀ ਗੱਲ ਕਹੀ ਸੀ। ਅਜੀਤ ਚੌਂਕ ਗਿਆ, ਤਾਂ ਕੀ ਇਹ ਸਿਰਫ ਉਸਦੇ ਲਈ ਹੀ ਇੱਥੇ ਆਈ ਹੈ?
ਉਸ ਨੂੰ ਕੋਈ ਦੁੱਖ ਜਾਂ ਪਰੇਸ਼ਾਨੀ ਨਹੀਂ ਸੀ? ਅੱਛਾ ਤਾਂ, ਫਿਰ ਉਸਨੇ ਅਸਹਿਜ ਹੁੰਦੇ ਪੁੱਛਿਆ। ਉਹ ਹੋਰ ਵੀ ਬਹੁਤ ਕੁਝ ਪੁੱਛਣਾ ਚਾਹੁੰਦਾ ਸੀ ਪਰ ਨਹੀਂ ਪੁੱਛਿਆ। ਉਹ ਜਾਣਦਾ ਸੀ ਕਿ ਉਸਦੇ ਬਿਨਾਂ ਪੁੱਛੇ ਹੀ ਉਸਨੇ ਸਭ ਕੁਝ ਦੱਸ ਦੇਣਾ। ਰੂਹੀ ਦਾ ਸੁਭਾਅ ਬਹੁਤ ਚੰਚਲ ਸੀ। ਉਹ ਬਹੁਤ ਦਿਨਾਂ ਤੱਕ ਕੋਈ ਗੱਲ ਆਪਣੇ ਮਨ ਵਿੱਚ ਲੁਕੋ ਕੇ ਨਹੀਂ ਸੀ ਰੱਖ ਸਕਦੀ। ਰੂਹੀ ਨੇ ਆਪਣੇ ਸੱਜਾ ਹੱਥ ਉਸਦੇ ਹੱਥ 'ਤੇ ਰੱਖ ਦਿੱਤਾ ਅਤੇ ਹੌਲੀ ਹੌਲੀ ਪਿਆਰ ਨਾਲ ਸਹਿਲਾਉਣ ਲੱਗੀ। ਅਜੀਤ ਨੂੰ ਇਸ ਗੱਲ ਦੀ ਭਿਣਕ ਨਹੀਂ ਸੀ। ਉਹ ਹੋਰ ਹੀ ਵਿਚਾਰਾਂ ਵਿੱਚ ਗੁਆਚਿਆ ਹੋਇਆ ਸੀ। ਜਦੋਂ ਤੱਕ ਆਦਮੀ ਨੂੰ ਦੁੱਖ ਨਹੀਂ ਮਿਲਦਾ, ਉਹ ਦੂਜਿਆਂ ਦੇ ਦੁੱਖ ਨੂੰ ਨਹੀਂ ਮਹਿਸੂਸ ਕਰ ਸਕਦਾ। ਜਦੋਂ ਉਸਨੇ ਮੈਨੂੰ ਠੁਕਰਾ ਦਿੱਤਾ ਸੀ ਤਾਂ ਮੈਨੂੰ ਅਹਿਸਾਸ ਹੋਇਆ ਕਿ ਮੇਰੀ ਬੇਵਫਾਈ ਨਾਲ ਤੁਹਾਨੂੰ ਕਿੰਨਾ ਮਾਨਸਿਕ ਕਸ਼ਟ ਹੋਇਆ ਹੋਵੇਗਾ। ਜਦੋਂ ਮੇਰਾ ਦਿਲ ਟੁੱਟਿਆ ਤਾਂ ਮੈਂ ਦੁਨੀਆ ਨੂੰ ਮੂੰਹ ਵਿਖਾਉਣ ਜੋਗੀ ਨਹੀਂ ਸੀ ਰਹੀ। ਤਾਂ ਲੱਗਿਆ ਜਿਵੇਂ ਮੇਰੇ ਲਈ ਡੁੱਬ ਕੇ ਮਰਨ ਤੋਂ ਬਿਨਾਂ ਹੋਰ ਕੋਈ ਰਸਤਾ ਨਹੀਂ ਹੈ। ਫਿਰ ਮੈਂ ਸੋਚਿਆ ਕਿ ਮੇਰੇ ਕਾਰਨ ਤੁਹਾਨੂੰ ਇੰਨਾ ਦੁੱਖ ਚੱਲਣਾ ਪਿਆ, ਮੇਰਾ ਦਿੱਤਾ ਸਾਰਾ ਜ਼ਹਿਰ ਤੁਸੀਂ ਪੀ ਲਿਆ, ਤਾਂ ਫਿਰ ਮੈਂ ਜਿਉਂ ਕੇ ਦੂਜਿਆਂ ਦੇ ਲਈ ਜ਼ਹਿਰ ਨੂੰ ਕਿਉਂ ਨਹੀਂ ਪੀ ਸਕਦੀ? ਮੈਂ ਉਦੋਂ ਇਹ ਤੈਅ ਕਰ ਲਿਆ ਕਿ ਜੇਕਰ ਤੁਸੀਂ ਮਿਲ ਗਏ ਅਤੇ ਤੁਸੀਂ ਮੈਨੂੰ ਮਾਫ਼ ਕਰ ਦਿੱਤਾ ਤਾਂ ਮੇਰਾ ਦੁੱਖ ਘੱਟ ਹੋ ਜਾਵੇਗਾ। ਹੁਣ ਤੁਸੀਂ ਮੈਨੂੰ ਮਿਲ ਗਏ ਹੋ ਅਤੇ ਮੈਂ ਦੇਖ ਰਹੀ ਹਾਂ ਕਿ ਮੇਰੇ ਪ੍ਰਤੀ ਤੁਹਾਡੇ ਮਨ ਵਿੱਚ ਕੋਈ ਵੀ ਕੜਵਾਹਟ ਨਹੀਂ। ਇਸ ਨਾਲ ਨਾ ਕੇਵਲ ਮੇਰਾ ਦੁੱਖ ਘੱਟ ਹੋਇਆ, ਸਗੋਂ ਮੈਂ ਸੁੱਖਾਂ ਦੇ ਸਾਗਰ ਵਿੱਚ ਗੋਤੇ ਖਾਣ ਲੱਗੀ ਹਾਂ। ਜੀਵਨ ਦੇ ਪ੍ਰਤੀ ਮੇਰਾ ਮੋਹ ਵੱਧ ਗਿਆ। ਮੈਂ ਬਹੁਤ ਕੁਝ ਪਾ ਲੈਣਾ ਚਾਹੁੰਦੀ ਹਾਂ, ਉਹ ਸਭ ਕੁਝ ਜੋ ਪਹਿਲਾਂ ਮੇਰੀ ਨਾਦਾਨੀ ਦੇ ਕਾਰਨ ਮੇਰੇ ਹੱਥਾਂ ਵਿੱਚੋਂ ਫਿਸਲ ਗਿਆ ਸੀ। ਅਜੀਤ ਚੁੱਪ ਚਾਪ ਉਸ ਦੀਆਂ ਗੱਲਾਂ ਸੁਣੀ ਜਾ ਰਿਹਾ ਸੀ। ਤੁਸੀਂ ਮੇਰੇ ਗੁਨਾਹ ਮਾਫ਼ ਕਰ ਦਿੱਤੇ, ਮੇਰੇ ਦੁੱਖ ਜਰ ਲਏ, ਪਰ ਮੇਰਾ ਪਛਤਾਵਾ ਹਜੇ ਬਾਕੀ ਆ। ਉਹ ਕੀ? ਅਜੀਤ ਨੇ ਆਪਣੀਆਂ ਨਿਗਾਹਾਂ ਨੂੰ ਉੱਪਰ ਚੱਕ ਕੇ ਰੂਹੀ ਦੀਆਂ ਅੱਖਾਂ ਵਿੱਚ ਦੇਖਿਆ। ਉਸ ਦੀਆਂ ਅੱਖਾਂ ਨਮ ਸਨ, ਉਸ ਦੇ ਬਾਵਜੂਦ ਉਹਨਾਂ ਵਿੱਚ ਅਨੋਖੀ ਚਮਕ ਸੀ, ਜਿਵੇਂ ਉਸਨੂੰ ਵਿਸ਼ਵਾਸ ਸੀ ਕਿ ਉਸ ਦੀ ਕੋਈ ਗੱਲ ਅਜੀਤ ਨਹੀਂ ਟਾਲੇਗਾ। ਰੂਹੀ ਨੇ ਭਾਵੁਕ ਹੋ ਕੇ ਉਸਦੇ ਦੋਨੋਂ ਹੱਥ ਫੜ ਲਏ। ਮੈਂ ਜਾਣਦੀ ਹਾਂ ਕਿ ਤੁਸੀਂ ਬਹੁਤ ਵੱਡੇ ਦਿਲ ਵਾਲੇ ਹੋ, ਤੁਹਾਨੂੰ ਤਰਲਾ ਕਰ ਰਹੀ ਹਾਂ। ਮੇਰਾ ਪਛਤਾਪ ਇਹੀ ਆ ਕਿ ਮੈਂ ਜ਼ਿੰਦਗੀ ਭਰ ਤੁਹਾਡੇ ਨਾਲ ਰਹਾਂ। ਅਜੀਤ ਨੂੰ ਇੱਕ ਝਟਕਾ ਜਿਹਾ ਲੱਗਿਆ। ਉਸਨੇ ਆਪਣੇ ਹੱਥ ਛੁਡਾ ਲਏ ਅਤੇ ਉੱਠ ਕੇ ਖੜਾ ਹੋ ਗਿਆ। ਕੀ? ਅਜੀਤ ਸੁੰਨ ਹੋ ਗਿਆ। ਉਹ ਵੀ ਉੱਠ ਕੇ ਖੜੀ ਹੋ ਗਈ। ਤੁਸੀਂ ਇਸ ਤਰ੍ਹਾਂ ਕਿਉਂ ਚੌਂਕ ਗਏ? ਮੈਂ ਕੋਈ ਅਣਹੋਣੀ ਗੱਲ ਤਾਂ ਨਹੀਂ ਕਹੀ ਆ? ਇਸ ਦੁਨੀਆਂ ਵਿੱਚ ਬਹੁਤ ਸਾਰੇ ਲੋਕ ਬਿਨਾਂ ਵਿਆਹ ਤੋਂ ਇੱਕ ਦੂਜੇ ਦੇ ਨਾਲ ਰਹਿੰਦੇ ਹਨ। ਮੰਨਦੀ ਹਾਂ ਕਿ ਤੁਹਾਡੇ 'ਤੇ ਮੇਰਾ ਕੋਈ ਹੱਕ ਨਹੀਂ, ਪਰ ਮੈਂ ਆਪਣਾ ਪੂਰਾ ਜੀਵਨ ਤੁਹਾਨੂੰ ਸਮਰਪਿਤ ਕਰਨਾ ਚਾਹੁੰਦੀ ਹਾਂ। ਅਜੀਤ ਦੀ ਆਵਾਜ਼ ਲੜਖੜਾ ਗਈ। ਇਹ ਕਿਵੇਂ ਸੰਭਵ ਹੋ ਸਕਦਾ? ਜਿਸ ਤਰ੍ਹਾਂ ਤੁਸੀਂ ਮੇਰੇ ਦੁਆਰਾ ਦਿੱਤੇ ਗਏ ਦੁੱਖਾਂ ਦਾ ਜ਼ਹਿਰ ਪੀ ਸਕਦੇ ਹੋ, ਉਸੇ ਤਰ੍ਹਾਂ ਖੁਸ਼ੀ ਖੁਸ਼ੀ ਮੇਰੇ ਨਾਲ ਰਹਿ ਸਕਦੇ ਹੋ। ਮੈਂ ਤੁਹਾਡੇ ਪ੍ਰਤੀ ਸਮਰਪਣ ਚਾਹੁੰਦੀ ਹਾਂ, ਕਿਸੇ ਹੋਰ ਚੀਜ਼ ਦੀ ਮੈਨੂੰ ਤੁਹਾਡੇ ਤੋਂ ਉਮੀਦ ਨਹੀਂ ਆ। ਮੈਂ ਤੁਹਾਡੇ ਤੋਂ ਕੋਈ ਹੱਕ ਨਹੀਂ ਮੰਗਾਂਗੀ, ਨਾ ਬੱਚੇ ਦੀ ਇੱਛਾ, ਨਾ ਦੌਲਤ ਦਾ ਅਧਿਕਾਰ, ਮੈਨੂੰ ਬਸ ਤੁਹਾਡਾ ਸਾਥ ਚਾਹੀਦਾ। ਅਜੀਤ ਦਾ ਦਿਮਾਗ ਚਕਰਾ ਗਿਆ। ਉਹ ਡਾਕਟਰ ਸੀ, ਸੁਲਝਿਆ ਹੋਇਆ ਵਿਅਕਤੀ ਸੀ, ਔਖੀਆਂ ਅਤੇ ਵਿਪਰੀਤ ਹਾਲਾਤਾਂ ਵਿੱਚ ਵੀ ਉਹ ਨਹੀਂ ਸੀ ਘਬਰਾਉਂਦਾ। ਜਦੋਂ ਗੈਰ ਮਰਦ ਦੇ ਨਾਲ ਰੂਹੀ ਦੇ ਸੰਬੰਧਾਂ ਦਾ ਉਸਨੂੰ ਅਹਿਸਾਸ ਹੋਇਆ ਸੀ, ਉਦੋਂ ਵੀ ਇਸ ਤਰ੍ਹਾਂ ਮਹਿਸੂਸ ਨਹੀਂ ਸੀ ਉਸਨੂੰ ਹੋਇਆ। ਉਸਨੇ ਸੋਚਿਆ ਕਿ ਅਜਿਹੀ ਸਥਿਤੀ ਨਾਲ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਨਿਪਟ ਲਵੇਗਾ, ਪਰ ਅੱਜ ਉਸਨੂੰ ਲੱਗ ਰਿਹਾ ਸੀ ਕਿ ਇਹੋ ਜਿਹੇ ਹਾਲਾਤ ਨਾਲ ਤਾਂ ਕੁਦਰਤ ਵੀ ਨਹੀਂ ਨਿਪਟ ਸਕਦੀ। ਰੂਹੀ ਜੋ ਚਾਹੁੰਦੀ ਸੀ ਉਹ ਕਦੇ ਪੂਰਾ ਨਹੀਂ ਸੀ ਹੋ ਸਕਦਾ, ਘੱਟੋ ਘੱਟ ਉਸਦੇ ਲਈ ਤਾਂ ਇਹ ਅਸੰਭਵ ਸੀ। ਇੱਕ ਵਾਰ ਉਸਨੇ ਜ਼ਹਿਰ ਪੀ ਲਿਆ ਸੀ, ਪਰ ਦੂਜੀ ਵਾਰ ਨਹੀਂ ਪੀ ਸਕਦਾ ਸੀ, ਜਾਣ ਬੁੱਝ ਕੇ ਤਾਂ ਕਦੇ ਵੀ ਨਹੀਂ। ਰੂਹੀ ਉਸਦੇ ਕਾਫ਼ੀ ਨੇੜੇ ਆ ਗਈ।
ਲਗਭਗ ਉਸ ਨੂੰ ਆਪਣੇ ਕਰੀਬ ਕਰਦਿਆਂ ਹੋਇਆ ਕਹਿਣ ਲੱਗੀ, ਦੇਖੋ ਮਨਾ ਨਾ ਕਰੋ, ਮੈਂ ਬਹੁਤ ਉਮੀਦ ਲੈ ਕੇ ਆਈ ਹਾਂ ਤੁਹਾਡੇ ਕੋਲ। ਮੇਰਾ ਇੱਥੇ ਆਉਣ ਦਾ ਇਹੀ ਮਕਸਦ ਸੀ ਕਿ ਪੂਰਾ ਜੀਵਨ ਤੁਹਾਡੇ ਚਰਨਾਂ ਵਿੱਚ ਸਮਰਪਿਤ ਕਰਕੇ ਮੈਂ ਆਪਣੀਆਂ ਗਲਤੀਆਂ ਤੋਂ ਛੁਟਕਾਰਾ ਪਾ ਸਕਦੀ ਹਾਂ, ਮੈਂ ਆਪਣੇ ਗੁਨਾਹਾਂ ਦਾ ਪਸ਼ਚਾਤਾਪ ਕਰ ਸਕਦੀ ਹਾਂ। ਤੁਹਾਡੇ ਤੋਂ ਬਿਨਾਂ ਹੁਣ ਮੈਂ ਕਿਸੇ ਹੋਰ ਨੂੰ ਨਹੀਂ ਚਾਹ ਸਕਦੀ। ਜੇਕਰ ਤੁਸੀਂ ਵੀ ਮੈਨੂੰ ਸਵੀਕਾਰ ਨਹੀਂ ਕਰੋਗੇ ਤਾਂ ਵੀ ਮੈਂ ਜੀਵਨ ਭਰ ਵਿਆਹ ਨਾ ਕਰਵਾ ਕੇ ਤੁਹਾਡਾ ਇੰਤਜ਼ਾਰ ਕਰੂੰਗੀ। ਉਸ ਦੀ ਆਵਾਜ਼ ਵਿੱਚ ਬੇਬਸੀ ਭਰਦੀ ਜਾ ਰਹੀ ਸੀ। ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਰੂਹੀ ਪੂਰੇ ਜ਼ਮਾਨੇ ਦੀ ਸਤਾਈ ਹੋਈ ਔਰਤ ਹੋਵੇ ਅਤੇ ਜੇ ਅਜੀਤ ਨੇ ਉਸਨੂੰ ਨਹੀਂ ਸੰਭਾਲਿਆ ਤਾਂ ਉਹ ਟੁੱਟ ਜਾਵੇਗੀ, ਬਰਬਾਦ ਹੋ ਜਾਵੇਗੀ। ਪਰ ਅਜੀਤ ਨੂੰ ਰੂਹੀ ਦੇ ਤਰਲੇ, ਉਸਦਾ ਰੋਣਾ ਪ੍ਰਭਾਵਿਤ ਨਹੀਂ ਕਰ ਸਕਿਆ ਸੀ। ਉਸਦੇ ਦਿਮਾਗ ਦੀਆਂ ਨਸਾਂ ਫਟ ਰਹੀਆਂ ਸਨ। ਉਸਨੂੰ ਲੱਗ ਰਿਹਾ ਸੀ ਚਾਰੇ ਪਾਸੇ ਧਮਾਕੇ ਹੋ ਰਹੇ ਹੋਣ। ਇਹ ਦੀਵਾਲੀ ਜਾਂ ਕਿਸੇ ਵਿਆਹ ਸ਼ਾਦੀ ਦੇ ਮੌਕੇ 'ਤੇ ਹੋਣ ਵਾਲੇ ਆਤਿਸ਼ਬਾਜ਼ੀ ਦੇ ਧਮਾਕੇ ਨਹੀਂ ਸਨ, ਇਹ ਉਸਦੇ ਜੀਵਨ ਨੂੰ ਤਹਿਸ ਨਹਿਸ ਕਰਨ ਵਾਲੇ ਧਮਾਕੇ ਸਨ। ਹੜਬੜਾਹਟ ਵਿੱਚ ਉਹ ਬਾਹਰ ਜਾਣ ਦੇ ਲਈ ਮੁੜਿਆ। ਰੂਹੀ ਨੇ ਉਸਨੂੰ ਫੜ ਲਿਆ। ਉਹ ਠਠੰਬਰ ਗਿਆ। ਤੁਸੀਂ ਜਾ ਰਹੇ ਹੋ, ਮੈਂ ਤੁਹਾਨੂੰ ਨਹੀਂ ਰੋਕਾਂਗੀ, ਪਰ ਇਹ ਵਾਅਦਾ ਕਰਦੀ ਹਾਂ ਕਿ ਇਸੇ ਸ਼ਹਿਰ ਵਿੱਚ ਰਹਿ ਕੇ ਤੁਹਾਡਾ ਇੰਤਜ਼ਾਰ ਕਰਾਂਗੀ, ਤੁਹਾਡਾ ਜੋ ਵੀ ਫੈਸਲਾ ਹੋਵੇ ਦੱਸ ਦੇਣਾ। ਉਹ ਬਿਨਾਂ ਕੁਝ ਕਹੇ ਬਾਹਰ ਨਿਕਲ ਆਇਆ। ਬਾਹਰ ਬਹੁਤ ਸੰਘਣਾ ਹਨੇਰਾ ਹੋ ਗਿਆ ਸੀ, ਜਿਵੇਂ ਪੂਰੇ ਸ਼ਹਿਰ ਦੀ ਬਿਜਲੀ ਚਲੀ ਗਈ ਹੋਵੇ। ਪਰ ਇਸ ਤਰ੍ਹਾਂ ਨਹੀਂ ਸੀ, ਘਰਾਂ ਵਿੱਚ ਤਾਂ ਬਿਜਲੀ ਸੀ ਪਰ ਸੜਕਾਂ ਹਨੇਰੀਆਂ ਸਨ। ਪਰ ਉਸਨੂੰ ਲੱਗ ਰਿਹਾ ਸੀ ਜਿਵੇਂ ਪੂਰੇ ਸ਼ਹਿਰ ਵਿੱਚ ਹਨੇਰਾ ਪਸਰ ਗਿਆ ਹੋਵੇ ਅਤੇ ਉਹ ਕਿਸੇ ਹਨੇਰੀਆਂ ਗੁਫਾਵਾਂ ਵਿੱਚੋਂ ਗੁਜ਼ਰ ਰਿਹਾ ਹੋਵੇ, ਜਿੰਨਾ ਕਾਲੀਆਂ ਹਨੇਰੀਆਂ ਗੁਫਾਵਾਂ ਦਾ ਕੋਈ ਅੰਤ ਨਹੀਂ ਸੀ। ਦੁੱਖ ਨੂੰ ਚੁੱਪ ਚਾਪ ਸਹਿਣ ਕਰਨਾ ਦੁੱਖਾਂ ਨੂੰ ਸੱਦਾ ਦੇਣਾ ਹੁੰਦਾ। ਉਹ ਕਿਸੇ ਨੂੰ ਦੁੱਖ ਨਹੀਂ ਦਿੰਦਾ, ਪਰ ਬਦਲੇ ਵਿੱਚ ਉਸਨੂੰ ਕਿਉਂ ਦੁੱਖ ਝੱਲਣੇ ਪੈਂਦੇ ਹਨ। ਰੂਹੀ ਦੇ ਘਰ ਦੇ ਬਾਹਰ ਖੜ੍ਹੀ ਆਪਣੀ ਕਾਰ ਨੂੰ ਜਦੋਂ ਉਸਨੇ ਸਟਾਰਟ ਕੀਤਾ ਉਦੋਂ ਵੀ ਉਸਨੂੰ ਹੋਸ਼ ਨਹੀਂ ਸੀ। ਘਰ ਪਹੁੰਚਦੇ ਪਹੁੰਚਦੇ ਉਸਨੇ ਖੁਦ ਨੂੰ ਕਾਫ਼ੀ ਹੱਦ ਤੱਕ ਨੋਰਮਲ ਕਰ ਲਿਆ ਸੀ। ਥੋੜ੍ਹੀ ਸੁਰਤ ਵੀ ਟਿਕਾਣੇ ਆ ਗਈ ਸੀ, ਸਰੀਰ ਦਾ ਕੰਬਣਾ ਬੰਦ ਹੋ ਗਿਆ ਸੀ, ਮਨ ਵੀ ਕਾਬੂ ਵਿੱਚ ਸੀ। ਪਰ ਚਿਹਰੇ ਦਾ ਉੱਡਿਆ ਹੋਇਆ ਰੰਗ ਉਸਦੇ ਅੰਦਰੋਂ ਹੁਣੇ ਹੁਣੇ ਗੁਜ਼ਰੇ ਤੂਫਾਨ ਦੀ ਕਹਾਣੀ ਬਿਆਨ ਕਰ ਰਿਹਾ ਸੀ। ਉਹ ਚੁੱਪ ਚਾਪ ਘਰ ਦੇ ਅੰਦਰ ਪ੍ਰਵੇਸ਼ ਕਰ ਗਿਆ। ਉਹ ਚਾਹੁੰਦਾ ਸੀ ਕਿ ਇੱਕਦਮ ਅਵਨੀ ਨਾਲ ਸਾਹਮਣਾ ਨਾ ਹੋਵੇ, ਪਰ ਉਹ ਤਾਂ ਉਸਦਾ ਹੀ ਇੰਤਜ਼ਾਰ ਕਰ ਰਹੀ ਸੀ। ਰਾਤ ਕਾਫ਼ੀ ਹੋ ਚੁੱਕੀ ਸੀ, ਬੇਟਾ ਸੌਂ ਚੁੱਕਿਆ ਸੀ। ਅਵਨੀ ਦੇ ਕੋਲ ਪਤੀ ਦਾ ਇੰਤਜ਼ਾਰ ਕਰਨ ਤੋਂ ਬਿਨਾਂ ਹੋਰ ਕੋਈ ਕੰਮ ਹੈ ਹੀ ਨਹੀਂ ਸੀ। ਉਸਦੀ ਅਜਿਹੀ ਹਾਲਤ ਦੇਖ ਕੇ ਅਵਨੀ ਇੱਕਦਮ ਉੱਠੀ ਅਤੇ ਉਸਨੂੰ ਸਹਾਰਾ ਦੇ ਕੇ ਸੋਫੇ ਤੱਕ ਲੈ ਆਈ। ਤੁਸੀਂ ਬਹੁਤ ਥੱਕ ਗਏ ਹੋ, ਉਸਦੀ ਆਵਾਜ਼ ਵਿੱਚ ਚਿੰਤਾ ਸਾਫ਼ ਝਲਕ ਰਹੀ ਸੀ। ਉਸਨੇ ਪਤੀ ਨੂੰ ਸੋਫੇ 'ਤੇ ਬਿਠਾ ਦਿੱਤਾ। ਅਜੀਤ ਨੇ ਇੱਕ ਨਜ਼ਰ ਅਵਨੀ ਦੇ ਚਿਹਰੇ 'ਤੇ ਦੌੜਾਈ ਅਤੇ ਫਿਰ ਅੱਖਾਂ ਬੰਦ ਕਰਕੇ ਸੋਫੇ 'ਤੇ ਸਿਰ ਟਿਕਾ ਦਿੱਤਾ। ਅਵਨੀ ਭੱਜ ਕੇ ਉਸਦੇ ਲਈ ਪਾਣੀ ਲੈ ਆਈ। ਪਾਣੀ ਦਾ ਗਲਾਸ ਉਸਦੇ ਹੱਥਾਂ ਵਿੱਚ ਦਿੰਦੇ ਹੋਏ ਕਹਿਣ ਲੱਗੀ, ਲਓ ਪਾਣੀ ਪੀ ਲਓ, ਤੁਸੀਂ ਤਾਂ ਕਿਸੇ ਦੀ ਸੁਣਦੇ ਹੀ ਨਹੀਂ। ਕਿੰਨੀ ਵਾਰ ਕਿਹਾ ਕਿ ਘੱਟ ਮਿਹਨਤ ਕਰਿਆ ਕਰੋ, ਮਰੀਜ਼ਾਂ ਦਾ ਆਉਣਾ ਤਾਂ ਕਦੇ ਵੀ ਖਤਮ ਨਹੀਂ ਹੋ ਸਕਦਾ। ਤੁਸੀਂ ਚਾਹੋ ਤਾਂ ਸਾਰੀ ਰਾਤ ਕਲੀਨਿਕ ਖੋਲ੍ਹ ਕੇ ਬੈਠੇ ਰਹੋ, ਹੁਣ ਕੀ ਉਹਨਾਂ ਦੇ ਚੱਕਰ ਵਿੱਚ ਤੁਸੀਂ ਖੁਦ ਮਰੀਜ਼ ਬਣ ਜਾਓਗੇ? ਤੁਹਾਡੀ ਸਿਹਤ ਹੀ ਠੀਕ ਨਹੀਂ ਰਹੇਗੀ ਤਾਂ ਮਰੀਜ਼ਾਂ ਨੂੰ ਕਿਵੇਂ ਠੀਕ ਕਰੋਗੇ, ਅਤੇ ਫਿਰ ਅਸੀਂ ਕਿਵੇਂ ਖੁਸ਼ ਰਹਿ ਸਕਾਂਗੇ? ਉਹ ਉਸਦੇ ਮੱਥੇ 'ਤੇ ਆਇਆ ਪਸੀਨਾ ਪੂੰਝ ਰਹੀ ਸੀ। ਅਜੀਤ ਨੂੰ ਚੰਗਾ ਲੱਗ ਰਿਹਾ ਸੀ। ਦੇਖੋ ਤਾਂ ਸਹੀ ਚਿਹਰੇ 'ਤੇ ਕਿਵੇਂ ਕਮਜ਼ੋਰੀ ਝਲਕ ਰਹੀ ਆ, ਜਿਵੇਂ 10 ਦਿਨਾਂ ਤੋਂ ਖਾਣਾ ਨਾ ਖਾਧਾ ਹੋਵੇ। ਅਜੀਤ ਚੁੱਪ ਚਾਪ ਅੱਖਾਂ ਬੰਦ ਕਰਕੇ ਸੁਣ ਰਿਹਾ ਸੀ। ਅਵਨੀ ਦੀ ਇੱਕ ਇੱਕ ਗੱਲ ਉਸਦੇ ਕੰਨਾਂ ਵਿੱਚ ਪੈ ਰਹੀ ਸੀ। ਉਹ ਉਸਦੀਆਂ ਗੱਲਾਂ ਨੂੰ ਸੁਣ ਤਾਂ ਸਕਦਾ ਸੀ ਪਰ ਉੱਤਰ ਨਹੀਂ ਸੀ ਦੇ ਸਕਦਾ।
ਉਸ ਵਿਚਾਰੀ ਨੂੰ ਕੀ ਪਤਾ ਸੀ ਕਿ ਅਜੀਤ ਨੇ ਹੁਣੇ ਹੁਣੇ ਕਿਹੜਾ ਤੂਫਾਨ ਆਪਣੇ ਸੀਨੇ 'ਤੇ ਚੱਲਿਆ। ਉਹ ਕਦੇ ਸਮਝ ਨਹੀਂ ਸਕਦੀ ਕਿਉਂਕਿ ਜੋ ਕੁਝ ਉਸਦੇ ਨਾਲ ਹੋਇਆ ਸੀ ਉਸਦੇ ਬਾਰੇ ਵਿੱਚ ਅਵਨੀ ਨੂੰ ਦੱਸ ਕੇ ਉਹ ਉਸਦੀਆਂ ਖੁਸ਼ੀਆਂ ਨਹੀਂ ਸੀ ਖੋਣਾ ਚਾਹੁੰਦਾ। ਅਵਨੀ ਦਾ ਇਸ ਸਭ ਵਿੱਚ ਕੋਈ ਹੱਥ ਨਹੀਂ ਸੀ। ਦੂਜਿਆਂ ਦੇ ਕੀਤੇ ਦੀ ਸਜ਼ਾ ਉਹ ਕਿਉਂ ਭੁਗਤੇ? ਉਹ ਰਾਤ ਕਿਸੇ ਤਰ੍ਹਾਂ ਗੁਜ਼ਰ ਗਈ। ਅਗਲੀ ਸਵੇਰ ਪਹਿਲਾਂ ਵਾਂਗ ਨੋਰਮਲ ਸੀ, ਜਿਵੇਂ ਪਿਛਲੀ ਰਾਤ ਕੁਝ ਹੋਇਆ ਹੀ ਨਹੀਂ ਸੀ। ਅਜੀਤ ਨਿਸ਼ਚਿੰਤ ਉੱਠਿਆ, ਤਿਆਰ ਹੋਇਆ। ਉੱਪਰੋਂ ਉਹ ਬਹੁਤ ਸ਼ਾਂਤ ਅਤੇ ਗੰਭੀਰ ਸੀ, ਪਰ ਅੰਦਰ ਹੀ ਅੰਦਰ ਉਸਦੇ ਮਨ ਵਿੱਚ ਇੱਕ ਉਥਲ ਪੁਥਲ ਚੱਲ ਰਹੀ ਸੀ। ਉਸਨੇ ਤੈਅ ਕਰ ਲਿਆ ਸੀ ਕਿ ਉਸਨੇ ਕੀ ਕਰਨਾ। ਅੱਜ ਹੀ ਸਭ ਕੁਝ ਤੈਅ ਹੋ ਜਾਣਾ। ਉਹ ਇੰਤਜ਼ਾਰ ਨਹੀਂ ਕਰ ਸਕਦਾ ਅਤੇ ਨਾ ਹੀ ਕਿਸੇ ਹੋਰ ਨੂੰ ਦੁਵਿਧਾ ਵਿੱਚ ਪਾ ਸਕਦਾ ਸੀ। ਅਵਨੀ ਕਿਚਨ ਵਿੱਚ ਬਿਜ਼ੀ ਸੀ। ਉਹ ਨਹਾ ਧੋ ਕੇ ਤਿਆਰ ਹੋ ਗਿਆ। ਕਲੀਨਿਕ ਜਾਣ ਵਿੱਚ ਹਜੇ ਕੁਝ ਸਮਾਂ ਸੀ। ਉਹ ਆਪਣੇ ਕਮਰੇ ਵਿੱਚੋਂ ਮੋਬਾਈਲ ਲੈ ਕੇ ਸੋਫੇ 'ਤੇ ਬੈਠ ਗਿਆ। ਰਾਤ ਉਸਨੇ ਧਿਆਨ ਨਹੀਂ ਸੀ ਦਿੱਤਾ। ਉਸਦੇ ਫੋਨ 'ਤੇ ਬਹੁਤ ਸਾਰੇ ਮੈਸੇਜ ਆਏ ਸੀ। ਉਸਨੇ ਖੋਲ੍ਹ ਕੇ ਦੇਖਿਆ, ਉਹਨਾਂ ਵਿੱਚੋਂ ਇੱਕ ਮੈਸੇਜ ਰੂਹੀ ਦਾ ਸੀ। ਉਸਨੇ ਲਿਖਿਆ ਸੀ, ਤੁਸੀਂ ਘਰ ਪਹੁੰਚ ਗਏ, ਠੀਕ ਤਾਂ ਹੋ, ਮੈਨੂੰ ਤੁਹਾਡੀ ਚਿੰਤਾ ਹੈ। ਉਸਨੇ ਉਸੇ ਮੈਸੇਜ ਦਾ ਉੱਤਰ ਦਿੱਤਾ, ਮੈਂ ਠੀਕ ਹਾਂ ਅਤੇ ਉਮੀਦ ਕਰਦਾ ਹਾਂ ਕਿ ਤੂੰ ਵੀ ਠੀਕ ਹੋਵੇਂਗੀ। ਰੂਹੀ, ਮੈਂ ਆਪਣੇ ਜੀਵਨ ਵਿੱਚ ਬਹੁਤ ਜ਼ਹਿਰ ਪੀਤਾ। ਇਹ ਜ਼ਹਿਰ ਕਿਸ ਦੇ ਕਾਰਨ ਮੈਂ ਪੀਤਾ, ਇਹਨਾਂ ਸਭ ਗੱਲਾਂ 'ਤੇ ਜਾਣ ਦਾ ਹੁਣ ਕੋਈ ਮਤਲਬ ਨਹੀਂ। ਮੈਂ ਤੈਨੂੰ ਸਿਰਫ ਇੰਨਾ ਕਹਿਣਾ ਚਾਹੁੰਦਾ ਹਾਂ ਕਿ ਹੁਣ ਹੋਰ ਜ਼ਿਆਦਾ ਜ਼ਹਿਰ ਪੀਣ ਦੀ ਤਾਕਤ ਮੇਰੇ ਵਿੱਚ ਨਹੀਂ ਆ। ਮੇਰੀ ਸਹਿਣਸ਼ੀਲਤਾ ਖਤਮ ਹੋ ਚੁੱਕੀ ਹੈ। ਹੁਣ ਜੇਕਰ ਮੈਂ ਇੱਕ ਬੂੰਦ ਵੀ ਜ਼ਹਿਰ ਪੀ ਲਿਆ ਤਾਂ ਮੈਂ ਮਰ ਜਾਵਾਂਗਾ। ਇੱਕ ਗੱਲ ਹੋਰ ਜਾਣ ਲੈ, ਮੈਂ ਤੇਰੀ ਤਰਸਯੋਗ ਹਾਲਤ ਨੂੰ ਦੇਖ ਕੇ ਤੇਰੇ 'ਤੇ ਰਹਿਮ ਕੀਤਾ, ਕਿਉਂਕਿ ਜ਼ਮਾਨਾ ਮੈਂ ਵੀ ਦੇਖਿਆ। ਇੱਕ ਇਕੱਲੀ ਔਰਤ ਦਾ ਇਸ ਤਰ੍ਹਾਂ ਭਟਕਣਾ ਖਤਰਨਾਕ ਹੋ ਸਕਦਾ। ਹੁਣ ਤੂੰ ਆਪਣੀ ਜ਼ਿੰਦਗੀ ਆਪਣੇ ਹਿਸਾਬ ਨਾਲ ਦੇਖ। ਉਮੀਦ ਹੈ ਤੂੰ ਮੇਰਾ ਇਸ਼ਾਰਾ ਸਮਝ ਗਈ ਹੋਵੇਂਗੀ। ਮੈਨੂੰ ਆਪਣੀ ਪਤਨੀ ਅਤੇ ਬੇਟੇ ਨਾਲ ਬਹੁਤ 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 ਪਿਆਰ ਹੈ ਅਤੇ ਸ਼ਾਂਤੀਪੂਰਵਕ ਉਹਨਾਂ ਦੇ ਨਾਲ ਜ਼ਿੰਦਗੀ ਜਿਉਣੀ ਚਾਹੁੰਦਾ ਹਾਂ। ਮੈਨੂੰ ਜ਼ਿੰਦਗੀ ਜਿਉਣ ਦੇ। ਮੇਰੀ ਤੇਰੇ ਲਈ ਨੇਕ ਸਲਾਹ ਹੈ ਕਿ ਹੁਣ ਤੂੰ ਵੀ ਭੱਜਣਾ ਛੱਡ ਦੇ ਅਤੇ ਕਿਸੇ ਚੰਗੇ ਮੁੰਡੇ ਦੇ ਨਾਲ ਘਰ ਵਸਾ ਕੇ ਖੁਸ਼ੀ ਖੁਸ਼ੀ ਜ਼ਿੰਦਗੀ ਬਤੀਤ ਕਰ। ਹੁਣ ਮੈਨੂੰ ਮਿਲਣ ਦਾ ਯਤਨ ਨਾ ਕਰੀ, ਅਜੀਤ। ਰੂਹੀ ਨੂੰ ਮੈਸੇਜ ਭੇਜਣ ਤੋਂ ਬਾਅਦ ਇੱਕ ਵੱਡਾ ਬੋਝ ਉਸਦੇ ਮਨ ਤੋਂ ਉੱਤਰ ਗਿਆ। ਉਸਦੇ ਮਨ ਵਿੱਚ ਹੁਣ ਕੋਈ ਵੀ ਚਿੰਤਾ ਦੀ ਗੁੰਜਾਇਸ਼ ਨਹੀਂ ਸੀ। ਉਸਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਉਸਦੇ ਅੰਦਰ ਜੋ ਜ਼ਹਿਰ ਦਾ ਘੜਾ 10 ਸਾਲਾਂ ਤੋਂ ਬੂੰਦ ਬੂੰਦ ਕਰਕੇ ਵਹਿ ਰਿਹਾ ਸੀ, ਉਹ ਅਚਾਨਕ ਟੁੱਟ ਗਿਆ ਹੈ ਅਤੇ ਉਸਦਾ ਜ਼ਹਿਰ ਉਸਦੇ ਸਰੀਰ ਵਿੱਚੋਂ ਬਾਹਰ ਫੈਲ ਗਿਆ। ਹੁਣ ਉਹ ਉਸਦੇ ਸਰੀਰ 'ਤੇ ਅਸਰ ਨਹੀਂ ਸੀ ਕਰ ਸਕਦਾ। ਉਦੋਂ ਹੀ ਮੁਸਕਰਾਉਂਦੀ ਹੋਈ ਅਵਨੀ ਨਾਸ਼ਤਾ ਲੈ ਕੇ ਆਈ ਅਤੇ ਕਹਿਣ ਲੱਗੀ, ਆਓ ਨਾਸ਼ਤਾ ਕਰ ਲਓ। ਉਹ ਨਹਾ ਕੇ ਫਰੈਸ਼ ਹੋ ਚੁੱਕੀ ਸੀ, ਸਧਾਰਨ ਜਿਹੇ ਕੱਪੜਿਆਂ ਵਿੱਚ ਵੀ ਕਿਸੇ ਪਰੀ ਵਾਂਗ ਲੱਗ ਰਹੀ ਸੀ। ਉਸਨੇ ਇੱਕ ਪਿਆਰੀ ਮੁਸਕਾਨ ਦੇ ਨਾਲ ਅਵਨੀ ਨੂੰ ਦੇਖਿਆ, ਉਸਦਾ ਹੱਥ ਘੁੱਟ ਕੇ ਫੜਿਆ ਅਤੇ ਪਿਆਰ ਨਾਲ ਗੱਲ ਨਾ ਲਾ ਲਿਆ। ਫਿਰ ਮਨ ਹੀ ਮਨ ਖੁਸ਼ ਹੁੰਦੇ ਹੋਏ ਡਾਇਨਿੰਗ ਟੇਬਲ 'ਤੇ ਜਾ ਬੈਠਿਆ। ਸੋ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਵੀ ਅਜੀਤ ਦਾ ਇਹ ਫੈਸਲਾ ਬਹੁਤ ਚੰਗਾ ਲੱਗਾ ਹੋਵੇਗਾ, ਕਿਉਂਕਿ ਗ੍ਰਹਿਸਥ ਜੀਵਨ ਵਿੱਚ ਇਮਾਨਦਾਰੀ ਬੇਹੱਦ ਜ਼ਰੂਰੀ ਹੈ। ਕਹਾਣੀ ਚੰਗੀ ਲੱਗੀ ਲਾਈਕ ਕਰਿਓ ਅਤੇ ਦੋਸਤਾਂ ਨਾਲ ਵੱਧ ਤੋਂ ਵੱਧ ਸ਼ੇਅਰ ਕਰਿਓ ਅਤੇ ਚੈਨਲ ਨੂੰ ਜੇਕਰ ਪਹਿਲੀ ਵਾਰ ਸੁਣ ਰਹੇ ਹੋ ਤਾਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਿਓ। ਇਸੇ ਤਰ੍ਹਾਂ ਦੀਆਂ ਹੋਰ ਦਿਲ ਨੂੰ ਛੂਹ ਜਾਣ ਵਾਲੀਆਂ ਕਹਾਣੀਆਂ ਤੁਹਾਡੇ ਤੱਕ ਪਹੁੰਚਦੀਆਂ ਰਹਿਣਗੀਆਂ। ਇਹ ਕਹਾਣੀ ਸੁਣਨ ਲਈ ਵਕਤ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਇਹੋ ਜਿਹੀ ਕਿਸੇ ਹੋਰ ਕਹਾਣੀ ਦੇ ਨਾਲ। ਤਦ ਤੱਕ ਦੇ ਲਈ ਤੁਸੀਂ ਬਾਕੀ ਕਹਾਣੀਆਂ ਦਾ ਆਨੰਦ ਲੈਂਦੇ ਰਹੋ। ਧੰਨਵਾਦ।